चर्चा। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਜਦੋਂ ਬਨਵਾਰੀ ਲਾਲ ਪ੍ਰਹੁਤ ਸਾਡੇ ਪਿਛਲੇ ਜਿਹੜੇ ਗਵਰਨਰ ਸਾਹਿਬ ਸੀ, ਉਹਨਾਂ ਦੀ ਵਿਦਾਇਗੀ ਪਾਰਟੀ ਹੋਈ, ਉਸ ਦਿਨ ਭਗਵੰਤ ਮਾਨ ਸਾਹਿਬ ਉੱਥੇ ਨਹੀਂ ਪਹੁੰਚੇ, ਮੁੱਖ ਮੰਤਰੀ ਸਾਹਿਬ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਰੋਸ ਸੀ, ਰੰਜ ਸੀ ਕਿ ਇਹ ਤਾਂ ਮੇਰੀ ਅੱਧੀ ਸਰਕਾਰ ਨਾਲ ਲਈ ਫਿਰਦੇ ਨੇ, ਇਹ ਕੰਮ ਜਿਹੜਾ ਇਲੈਕਟਡ ਗਵਰਨਮੈਂਟ ਦਾ ਹੁੰਦਾ ਉਹ ਸਿਲੈਕਟਡ ਬੰਦਾ ਕਰ ਰਿਹਾ। ਤੇ ਜਦੋਂ ਫਿਰ ਅਗਲੇ ਦਿਨ ਗੁਲਾਬ ਚੰਦ ਕਟਾਰੀਆ ਸਾਹਿਬ ਨੇ ਸਹੁੰ ਚੁੱਕਣੀ ਸੀ, ਉੱਥੇ ਮਾਨ ਸਾਹਿਬ ਆਏ, ਸਵਾਗਤ ਕੀਤਾ, ਜੱਫੀ ਪਾ ਕੇ ਮਿਲੇ। ਮੈਂ ਉਦੋਂ ਕਿਹਾ ਸੀ ਕਿ ਦੇਖਣ ਵਾਲੀ ਗੱਲ ਹੋਏਗੀ, ਇਸ ਜੱਫੀ ਦਾ ਨਿੱਘ ਕਿੰਨਾ ਚੱਲ ਰਹਿੰਦਾ ਹੈ। ਤੇ ਹੁਣ ਉਹ ਸਵਾਲ ਸੱਚਮੁੱਚ ਹੀ ਸਾਡੇ ਸਾਹਮਣੇ ਆ ਗਿਆ, ਕਿਉਂਕਿ ਗਵਰਨਰ ਸਾਹਿਬ ਨੇ ਵੈਸੇ ਤਾਂ ਪਹਿਲੀ ਮੀਟਿੰਗ ਚ ਹੀ ਸੰਕੇਤ ਦਿੱਤਾ ਸੀ ਕਿ ਮੈਂ ਰਾਜ ਭਵਨ ਚ ਬੈਠਣ ਵਾਲਾ ਗਵਰਨਰ ਨਹੀਂ। ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ, ਉਹ ਤਾਂ ਪਿਛਲੇ ਗਵਰਨਰ ਨਾਲੋਂ ਜ਼ਿਆਦਾ ਸਰਗਰਮ ਨਜ਼ਰ ਆ ਰਹੇ ਨੇ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਅਨੁਰਾਗ ਵਰਮਾ ਜੀ ਨੂੰ ਬੁਲਾਇਆ, ਜਿਹੜੇ ਸਾਡੇ ਚੀਫ ਸੈਕਟਰੀ, ਫਿਰ ਗੌਰਵ ਯਾਦਵ ਨਾਲ ਮੀਟਿੰਗ ਕੀਤੀ। ਇੱਥੇ ਤੱਕ ਤਾਂ ਠੀਕ ਹੈ, ਉਹ ਬੁਲਾ ਸਕਦੇ ਨੇ, ਸਭ ਕੁਛ ਸਹੀ ਹੈ। ਲੇਕਿਨ ਜਿਹੜੀ ਕੱਲ ਦੀ ਮੀਟਿੰਗ ਹੈ, ਉਹਦੇ ਵੱਡੇ ਸਵਾਲ ਉੱਠ ਰਹੇ ਨੇ। ਕੱਲ ਦੀ ਮੀਟਿੰਗ ਬੁਲਾਈ ਉਹਨਾਂ ਨੇ, ਮੁੱਖ ਸਕੱਤਰ ਤਾਂ ਹੈ ਹੀ ਸੀ, ਨਾਲ ਮੁੱਖ ਮੰਤਰੀ ਦਾ ਵਿਸ਼ੇਸ਼ ਸਕੱਤਰ ਵੀ ਕੇ ਸਿੰਘ ਵੀ ਸੀ। ਇਸ ਤੋਂ ਇਲਾਵਾ 28 ਸਕੱਤਰ ਅਲੱਗ ਅਲੱਗ ਮਹਿਕਮਿਆਂ ਦੇ ਬੁਲਾਏ ਹੋਏ ਸੀ, ਉਹਨਾਂ ਚੋਂ 25 ਹਾਜ਼ਰ ਹੋਏ। ਤੇ ਉੱਥੇ ਫਿਰ ਉਹਨਾਂ ਨੇ ਸਵਾਲ ਕੀਤੇ ਇਕੱਲੇ ਇਕੱਲੇ ਨੂੰ। ਜਿਵੇਂ ਉਦਾਹਰਣ ਦੇ ਤੌਰ ਤੇ ਲੈ ਲਈਏ, ਐਜੂਕੇਸ਼ਨ ਸੈਕਟਰੀ ਨੂੰ ਪੁੱਛਿਆ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਕਿਹੜੀ ਕਿਹੜੀ ਯੂਨੀਵਰਸਿਟੀ ਹੈ ਜਿੱਥੇ ਵਾਈਸ ਚਾਂਸਲਰ ਦੀ ਅਸਾਮੀ ਖਾਲੀ ਪਈ ਹੈ, ਵਾਈਸ ਚਾਂਸਲਰ ਦਾ ਅਹੁਦਾ ਖਾਲੀ ਹੈ, ਇਹ ਉਹਨਾਂ ਨੇ ਵੇਰਵਾ ਲੈ ਲਿਆ। ਇਸੇ ਤਰ੍ਹਾਂ ਰੱਖਿਆ ਭਲਾਈ ਦੇ ਸਕੱਤਰ ਨੂੰ ਪੁੱਛਿਆ ਕਿ ਜਿਹੜੇ ਸਰਹੱਦੀ ਪਿੰਡ ਨੇ ਸਾਡੇ, ਇਹਨਾਂ ਦੀ ਲਿਸਟ ਦਿਓ, ਇੱਥੇ ਜਿਹੜੇ ਸਾਡੇ ਸਾਬਕਾ ਸੈਨਿਕ ਨੇ ਕਿਹੜੇ ਕਿਹੜੇ ਤੇ ਕਿਹੜੇ ਪਿੰਡ ਚ ਕਿੰਨੀ ਗਿਣਤੀ ਚ ਰਹਿੰਦੇ ਨੇ। ਇਸ ਤਰ੍ਹਾਂ ਇਕੱਲੇ ਇਕੱਲੇ ਤੋਂ ਉਹਨਾਂ ਨੇ ਲਿਆ। ਦੂਜੀ ਗੱਲ, ਉਹਨਾਂ ਨੇ ਵੇਰਵੇ ਮੰਗੇ ਕਿ ਜੋ ਕੇਂਦਰ ਦੇ ਪ੍ਰੋਜੈਕਟ ਨੇ ਉਹ ਉਹਨਾਂ ਦੀ ਕੀ ਹਾਲਤ ਹੈ, ਕਿੱਥੇ ਤੱਕ ਪਹੁੰਚੇ ਨੇ, ਇਹ ਵੀ ਉਹਨਾਂ ਨੇ ਕਿਹਾ। ਹੁਣ ਵੈਸੇ ਇਹ ਗੱਲ ਜਦੋਂ ਅਸਾਮ ਦੇ ਰਾਜਪਾਲ ਸੀ, ਮੀਟਿੰਗ ਉਦੋਂ ਵੀ ਕਰਦੇ ਸੀ, ਲੇਕਿਨ ਹੁਣ ਇੱਕ ਕਾਰਨ ਹੋਰ ਵੀ ਨਜ਼ਰ ਆਉਂਦਾ। ਤੁਹਾਡੇ ਯਾਦ ਹੋਊ, ਪਿਛਲੇ ਦਰੀ 2 ਦਿਨ ਲਈ ਗਵਰਨਰ ਕਾਨਫਰੰਸ ਹੋਈ ਸੀ ਦਿੱਲੀ ਚ, ਮੋਦੀ ਸਾਹਿਬ ਨੇ ਵੀ ਐਡਰੈਸ ਕੀਤਾ ਸੀ, ਰਾਸ਼ਟਰਪਤੀ ਵੀ ਸੀ ਔਰ ਧਨਖੜ ਸਾਹਿਬ ਵੀ ਸੀ। ਉਸ ਵੇਲੇ ਗਵਰਨਰ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੀ ਆਪਣੀ ਸਟੇਟ ਦੇ ਵਿੱਚ ਜੋ ਵੀ ਸੈਂਟਰ ਦੇ ਪ੍ਰੋਜੈਕਟ ਨੇ ਉਹਨਾਂ ਤੇ ਨਿਗਾਹ ਰੱਖੋ, ਨਜ਼ਰਸਾਨੀ ਕਰੋ, ਇਹ ਵੀ ਉਹਦਾ ਵੀ ਹਿੱਸਾ ਹੋ ਸਕਦਾ। ਲੇਕਿਨ ਕਿਹਾ ਇਹ ਜਾ ਰਿਹਾ ਕਿ ਜਿਸ ਕਿਸਮ ਦੀ ਭੂਮਿਕਾ ਹੁਣ ਗਵਰਨਰ ਸਾਹਿਬ ਨਿਭਾ ਰਹੇ ਨੇ, ਇਹ ਰਾਸ਼ਟਰਪਤੀ ਰਾਜ, ਜਦੋਂ ਪ੍ਰੈਜ਼ੀਡੈਂਟ ਰੂਲ ਲੱਗਿਆ ਹੁੰਦਾ ਕਿਸੇ ਸਟੇਟ ਦੇ ਵਿੱਚ, ਉਦੋਂ ਤਾਂ ਇਹ ਦੇਖੀ ਗਈ ਹੈ, ਲੇਕਿਨ ਜਦੋਂ ਇਲੈਕਟਡ ਗਵਰਨਮੈਂਟ ਹੁੰਦੀ ਹੈ ਉਦੋਂ ਨਹੀਂ ਇਸ ਤਰ੍ਹਾਂ ਦੀ ਕਦੇ ਸਰਗਰਮੀ ਦੇਖੀ।
ਇਸ ਸਰਗਰਮੀ ਤੇ ਸਰਕਾਰ ਜਿਹੜੀ ਹੈ ਮਾਨ ਸਰਕਾਰ ਉਹ ਚੁੱਪ ਹੈ ਔਰ ਉਹਨਾਂ ਨੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਨਜ਼ਰ ਜ਼ਰੂਰ ਰੱਖੀ ਹੋਈ ਹੈ। ਮੈਂ ਇਸ ਮਾਮਲੇ ਨੂੰ ਉਵੇਂ ਦੇਖਦਾ, ਹੁਣ ਪਿੱਛੇ ਜੇ ਓਲੰਪਿਕ ਹੋਈ ਸੀ ਨਾ, ਤੁਸੀਂ ਦੇਖਦੇ ਸੀ ਜੇ ਕੋਈ ਦੋ ਰੈਸਲਰ ਨੇ ਉਹ ਪਹਿਲੇ 2-3 ਮਿੰਟ ਉਹ ਇੱਕ ਦੂਜੇ ਦਾ ਜ਼ੋਰ ਦੇਖਦੇ ਨੇ ਵੀ ਇਹ ਚ ਕਿੰਨਾ ਕੁ ਹੈ, ਹਮਲਾ ਨਹੀਂ ਕਰਦੇ, ਅਟੈਕ ਨਹੀਂ ਕਰਦੇ, ਅਗਰੈਸਿਵ ਨਹੀਂ ਹੁੰਦੇ। ਤੋ ਮੇਰਾ ਖਿਆਲ ਹੈ ਹਲੇ ਉਹ ਪੋਜੀਸ਼ਨ ਹੈ ਨਾ, ਉਧਰੋਂ ਨਾ ਇਧਰੋਂ ਕਿਸੇ ਕਿਸਮ ਦਾ ਕੋਈ ਬਿਆਨ ਤਾਂ ਨਹੀਂ ਆਇਆ, ਪਰ ਅੰਦਰੋਂ ਅੰਦਰੀ ਘੱਟੋ ਘੱਟ ਸਰਕਾਰ ਵੱਲੋਂ ਇਹ ਚਰਚਾ ਸ਼ੁਰੂ ਹੋ ਗਈ ਕਿ ਇਹ ਤਾਂ ਜਿਹੜਾ ਹੈ ਕਟਾਰੀਆ ਸਾਹਿਬ ਤਾਂ ਪ੍ਰਹੋਤ ਸਾਹਿਬ ਨਾਲੋਂ ਜ਼ਿਆਦਾ ਸਰਗਰਮ ਨੇ, ਉਹਨਾਂ ਨੇ ਤਾਂ ਅੱਧੀ ਸਰਕਾਰ ਸੀ, ਇਹ ਤਾਂ ਪੂਰੀ ਸਰਕਾਰ ਬਣਾ ਲੈਂਦੇ ਨੇ। ਤੇ ਕੀ ਇਹ ਸੱਚਮੁੱਚ ਹੀ ਨਵੀਂ ਜਿਹੜੇ ਗਵਰਨਰ ਨੇ ਇਹ ਚੁਣੀ ਹੋਈ ਸਰਕਾਰ ਲਈ ਚੁਣੌਤੀ ਨੇ? ਇਹਦੇ ਚਰਚਾ ਕਰ ਰਿਹਾ ਅੱਜ ਆਪਾਂ, ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਟ੍ਰਿਬਿਊਨ ਅਖਬਾਰ ਦੇ ਮਹੇਸ਼ ਸ਼ਰਮਾ ਸਾਡੇ ਨਾਲ ਨੇ, ਤੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਨਾਲ ਸ਼ਾਮਿਲ ਨੇ ਐਡਵੋਕੇਟ ਲਾਕੇਸ਼ ਨਾਰੰਗ ਸਾਹਿਬ ਔਰ ਜਸਵਿੰਦਰ ਸਿੰਘ ਸਿੱਖਾਵਾਲਾ ਜੀ ਸਾਡੇ ਨਾਲ ਕਾਂਗਰਸ ਪਾਰਟੀ ਵੱਲੋਂ ਸ਼ਾਮਿਲ ਨੇ, ਸਰਦਾਰ ਹਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਨੇ, ਤੇ ਸਿਆਸੀ ਬਾਹਰ ਨਿਰਪੱਖ ਟਿੱਪਣੀਕਾਰ ਦੇ ਤੌਰ ਤੇ ਡਾਕਟਰ ਕੇਰ ਸਿੰਘ ਇਸ ਪ੍ਰੋਗਰਾਮ ਚ ਸ਼ਾਮਿਲ ਹੋਣਗੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਡਾਕਟਰ ਕੇਰ ਸਿੰਘ ਜੀ, ਤੁਹਾਡੇ ਤੋਂ ਗੱਲ ਸ਼ੁਰੂ ਕਰੀਏ, ਨਿਰਪੱਖ ਟਿੱਪਣੀ ਪਹਿਲਾਂ ਫਿਰ ਪੋਲੀਟੀਕਲ ਪਾਰਟੀਆਂ, ਕਿਵੇਂ ਦੇਖਦੇ ਹੋ? ਵਾਲੀਆ ਸਾਹਿਬ, ਜਿਸ ਤਰ੍ਹਾਂ ਤੁਸੀਂ ਆਪਣੀ ਭੂਮਿਕਾ ਚ ਕਿਹਾ, ਦੋ ਤਿੰਨ ਗੱਲਾਂ ਜਿਹੜੀਆਂ ਉਹ ਬੜੀਆਂ ਹੀ ਨਵੇਕਲੀਆਂ ਦੇਖਣ ਨੂੰ ਮਿਲ ਰਹੀਆਂ, ਜਿਹੜੀਆਂ ਪਹਿਲਾਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਗਵਰਨਰ ਸਾਹਿਬ ਵੱਲੋਂ ਵਰਤਾਰਾ ਦੇਖਣ ਨੂੰ ਨਹੀਂ ਮਿਲਦਾ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਖਿੱਤੇ ਦੇ ਵਿੱਚ ਜਿਹੜਾ ਇਹ ਬਾਰਡਰ ਏਰੀਏ ਦਾ ਹੋਇਆ ਨਾ ਜੀ, ਆਪਾਂ ਨੂੰ ਬਾਰਡਰ ਏਰੀਆ ਸਟੇਟਸ ਦਾ ਜਿਹੜਾ ਵਧਾਇਆ ਗਿਆ ਹੈ, ਉਹਦੇ ਨਾਲ ਗਵਰਨਰ ਸਾਹਿਬਾਨ ਨੂੰ ਵਧੇਰੇ ਤਾਕਤਾਂ ਮਿਲ ਗਈਆਂ ਹੋਈਆਂ। ਉਹ ਤਾਂ ਚਲੋ ਸਾਰਿਆਂ ਲਈ ਕਾਮਨ ਹੋ ਸਕਦਾ, ਬਾਕੀ ਬਾਰਡਰ ਸਟੇਟ ਦੀਆਂ ਵੀ ਹੈਗੀਆਂ, ਪਰ ਇਸ ਖਾਸ ਕਰਕੇ ਪੰਜਾਬ 'ਚ ਜਿਹੜੀ ਉਹਨਾਂ ਨੇ ਕੱਲ੍ਹ ਮੀਟਿੰਗ ਬੁਲਾਈ ਹੈ ਜਿਹਦਾ ਤੁਸੀਂ ਹਵਾਲਾ ਦੇ ਰਹੇ ਸੀਗੇ, ਔਰ ਐਡਮਿਨਿਸਟ੍ਰੇਟਿਵ ਸੈਕਰੇਟਰੀਜ਼ ਨੂੰ ਰਾਜ ਭਵਨ ਦੇ ਵਿੱਚ ਬੁਲਾ ਕੇ ਉੱਥੇ ਮੀਟਿੰਗ ਕੀਤੀ ਹੈ ਔਰ ਉਹਨਾਂ ਕੋਲੋਂ ਫੀਡਬੈਕ ਲਈ ਹੈ ਵੱਖ ਵੱਖ ਪ੍ਰੋਜੈਕਟਸ ਜਿਹੜੇ ਹੈਗੇ ਆ। ਔਰ ਤੀਸਰੀ ਗੱਲ ਜਿਹੜੀ ਆਪਾਂ ਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਗਵਰਨਰ ਸਾਹਿਬਾਨ ਦਾ ਜਿਹੜਾ ਵਰਤਾਰਾ ਹੈਗਾ, ਉਹ ਜਿੱਥੇ ਅਪੋਜੀਸ਼ਨ ਰੂਲਡ ਸਟੇਟਸ ਹੈ ਉੱਥੇ, ਅਤੇ ਜਿੱਥੇ BJP ਰੂਲਡ ਸਟੇਟਸ ਹੈ ਉਹਨਾਂ ਵਿੱਚ ਇਕਸਾਰ ਨਹੀਂ ਹੈ। ਇਹ ਤਿੰਨ ਨੁਕਤੇ ਨੇ ਜਿਨ੍ਹਾਂ ਨੂੰ ਮੈਂ ਆਧਾਰ ਬਣਾ ਕੇ ਗੱਲ ਕਰਨਾ ਚਾਹੁੰਦਾ ਹਾਂ, ਜਿੱਥੇ ਬਹਿਸ ਆਪਾਂ ਕਰ ਸਕਦੇ। ਸੋ ਦੋ ਨੁਕਤਿਆਂ ਬਾਰੇ ਤਾਂ ਮੈਨੂੰ ਲੱਗਦਾ ਕਿ ਆਮ ਪਹਿਲਾਂ ਗੱਲ ਹੋ ਚੁੱਕੀ ਹੋਈ ਹੈ ਕਿ ਇਹ ਫਰਕ ਦੇਖਣ ਨੂੰ ਮਿਲਦਾ ਹੀ ਹੈ ਕਿ ਜਿੱਥੇ ਸੈਂਟਰ ਦੀ ਰੂਲਿੰਗ ਪਾਰਟੀ ਔਰ ਸਟੇਟ ਦੀ ਰੂਲਿੰਗ ਪਾਰਟੀ ਇੱਕ ਹੋਵੇ ਉੱਥੇ ਗਵਰਨਰ ਸਾਹਿਬ ਦਾ ਵਰਤਾਰਾ ਵੱਖਰਾ ਹੁੰਦਾ, ਔਰ ਜਿੱਥੇ ਅਪੋਜੀਸ਼ਨ ਦੀ ਕੋਈ ਪਾਰਟੀ ਹੋਵੇ ਕਿਸੇ ਸਟੇਟ ਵਿੱਚ ਤਾਂ ਉੱਥੇ ਵੱਖ ਹੁੰਦਾ ਹੈ। ਸੋ ਇਹ ਤਾਂ ਆਪਾਂ ਨੂੰ ਪਤਾ ਹੈ, ਇਹ ਵਰਤਾਰਾ ਆਪਾਂ ਨੂੰ ਦੇਖਣ 'ਚ ਮਿਲਦਾ ਸਾਰੇ ਥਾਈਂ ਹੈ, ਪਰ ਪੰਜਾਬ ਦੇ ਸੰਦਰਭ ਵਿੱਚ ਇਹ ਗੱਲ ਜਿਹੜੀ ਮੈਂ ਨਾ, ਮੇਰੀ ਵੀ ਪੋਲੀਟੀਕਲ ਸਾਇੰਸ ਪੜ੍ਹਦੇ ਪੜ੍ਹਾਉਂਦੇ ਆਪਾਂ ਹੁਣ ਤੱਕ ਰਹੇ ਹਾਂ ਵਾਲੀਆ ਸਾਹਿਬ, ਮੇਰੇ ਧਿਆਨ ਵਿੱਚ ਇਹ ਗੱਲ ਕਦੇ ਨਹੀਂ ਆਈ ਕਿ ਗਵਰਨਰ ਸਾਹਿਬ ਐਡਮਿਨਿਸਟ੍ਰੇਟਿਵ ਸੈਕਰਟਰੀ ਸਾਰੀ ਹੀ ਯਾਨੀ ਕਿ ਸਰਕਾਰ
ਉਹ ਐਡਮਿਨਿਸਟ੍ਰੇਟਿਵ ਸੈਕਰੇਟਰੀ ਹੀ ਹੁੰਦੇ ਆ ਨਾ, ਉਹ ਐਗਜ਼ੈਕਟਿਵ ਦੀ ਉਹਨਾਂ ਪਾਵਰ, ਉਹਨਾਂ ਦੇ ਥਰੂ ਹੀ ਸਾਰੀ ਐਕਸਰਸਾਈਜ਼ ਹੁੰਦੀ ਆ, ਤੇ ਉਹਨਾਂ ਨੂੰ ਆਪ ਡਾਇਰੈਕਟਲੀ ਬੁਲਾਉਣਾ ਔਰ ਉਹਨਾਂ ਦੀ ਮੀਟਿੰਗ ਲੈਣੀ ਹੈ ਔਰ ਉਹਨਾਂ ਤੋਂ ਉਹਨਾਂ ਦੇ ਮਹਿਕਮਿਆਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਜਿਹੜੀ ਹੈ, ਇਹ ਮੈਂ ਪਹਿਲੀ ਵਾਰ ਦੇਖਣ ਨੂੰ ਮੈਨੂੰ ਮਿਲ ਰਹੀ ਹੋਈ ਹੈ। ਇਹ ਮੈਨੂੰ ਕੋਈ ਵਿਧੀ ਵਿਧਾਨ ਜਿਸ ਢੰਗ ਦਾ ਸਾਡਾ ਸੰਵਿਧਾਨ ਹੈ ਉਹਦੇ ਅਨੁਕੂਲ ਨਹੀਂ ਲੱਗਿਆ, ਕਿਉਂਕਿ ਪਾਰਲੀਮੈਂਟਰੀ ਸਿਸਟਮ ਜਿਹੜਾ ਆਪਣਾ ਹੈਗਾ ਗਵਰਨੈਂਸ ਦਾ, ਉਹਦੇ ਵਿੱਚ ਆਮ ਤੌਰ 'ਤੇ ਇਹੀ ਹੁੰਦਾ ਕਿ ਗਵਰਨਰ ਸਾਹਿਬ ਜਿਹੜੇ ਆ ਉਹ ਸੰਵਿਧਾਨਕ ਮੁਖੀ ਹੁੰਦੇ ਹਨ ਔਰ ਸੰਵਿਧਾਨਕ ਮੁਖੀ ਦੇ ਤੌਰ 'ਤੇ ਕੁਝ ਉਹਨਾਂ ਕੋਲ ਡਿਸਕ੍ਰੀਸ਼ਨਰੀ ਪਾਵਰਸ ਹੁੰਦੀਆਂ ਅਤੇ ਕੁਝ ਉਹਨਾਂ ਨੇ ਚੀਫ ਮਨਿਸਟਰ ਯਾਨੀ ਕਿ ਕਾਉਂਸਲ ਆਫ ਮਨਿਸਟਰ ਦੇ ਐਡਵਾਈਸ ਏਡ ਔਰ ਐਡਵਾਈਸ ਦੇ ਅਨੁਸਾਰ ਉਹਨਾਂ ਨੇ ਕਾਰਜ ਕਰਨਾ ਹੁੰਦਾ ਹੈ। ਆਪਾਂ ਨੂੰ ਪਤਾ ਕਿ ਕੁਝ ਡਿਸਕ੍ਰੀਸ਼ਨਰੀ ਪਾਵਰ ਉਹਨਾਂ ਕੋਲ ਹੈਗੀਆਂ, ਐਜ਼ ਅ ਚਾਂਸਲਰ ਆਫ ਅ ਯੂਨੀਵਰਸਿਟੀ ਉਹਨਾਂ ਦੇ ਕੋਲ ਡਿਸਕ੍ਰੀਸ਼ਨਰੀ ਪਾਵਰ ਹੈਗੀਆਂ ਚਾਂਸਲਰ ਦੇ ਤੌਰ 'ਤੇ, ਇਸੇ ਤਰ੍ਹਾਂ ਕੁਝ ਹੋਰ ਡਿਸਕ੍ਰੀਸ਼ਨਰੀ ਪਾਵਰ ਹੈਗੀਆਂ। ਪਰ ਜਿਹੜਾ ਇਹਨੇ ਵੱਖ ਵੱਖ ਮਹਿਕਮਿਆਂ ਦੇ ਐਡਮਿਨਿਸਟ੍ਰੇਟਿਵ ਸੈਕਰੇਟਰੀ ਦੀ ਮੀਟਿੰਗ ਬੁਲਾਉਣੀ ਔਰ ਸਾਰਿਆਂ ਦੀ, ਇੱਕ ਤਾਂ ਜੇ ਮੈਨੂੰ ਸਮਝ ਆਉਂਦੀ ਹੈ ਕਿ ਜੇ ਉਹ ਐਜੂਕੇਸ਼ਨ ਸੈਕਰੇਟਰੀ ਨੂੰ ਬੁਲਾ ਲੈਂਦੇ ਅਤੇ ਉਹਨਾਂ ਨੂੰ ਪੁੱਛ ਲੈਂਦੇ ਤਾਂ ਕੋਈ ਸਮਝ ਆਉਂਦੀ ਸੀ, ਕਿਉਂਕਿ ਉਹ ਚਾਂਸਲਰ ਦੇ ਤੌਰ 'ਤੇ ਡਿਸਕ੍ਰੀਸ਼ਨਰੀ ਪਾਵਰ ਉਹਨਾਂ ਕੋਲ ਹੈਗੀ ਹੈ ਔਰ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਸੀ। ਪਰ ਸਾਰੇ ਹੀ ਮਹਿਕਮਿਆਂ ਨੂੰ ਦੇ ਸਕੱਤਰ ਸਾਹਿਬਾਨ ਨੂੰ ਬੁਲਾਉਣਾ, ਉਹ ਕੋਈ ਮੈਨੂੰ ਗੱਲ ਪਹਿਲੀ ਵਾਰ ਅਲੋਕਾਰੀ ਨਾਲ ਆਈ ਹੈ। ਡਾਕਟਰ ਸਾਹਿਬ, ਡਾਕਟਰ ਕੇਰ ਸਿੰਘ ਜੀ, ਇਹੀ ਗੱਲ ਹੈ ਨਾ, ਉਦੋਂ ਮਾਨ ਸਾਹਿਬ ਕਹਿੰਦੇ ਸੀ ਅੱਧੀ ਸਰਕਾਰ ਮੇਰੀ ਨਾਲ ਲਈ ਫਿਰਦੇ ਨੇ, ਕਿਉਂਕਿ ਚੀਫ ਸੈਕਟਰੀ ਨਾਲ ਸੀ, ਤੇ ਹੁਣ ਤਾਂ ਪਾਰੇ ਸਾਰੀ ਸਰਕਾਰ ਬੁਲਾਈ ਹੋਈ ਹੈ, ਹੁਣ ਉਹ ਚੁੱਪ ਨੇ। ਇਹ ਜਿਹੜੇ ਚੁੱਪ ਰਹਿਣਾ ਵੀ, ਇਹ ਕਿਸ ਕਿਸਮ ਦੀ ਚੁੱਪ ਹੈ ਜਾਂ ਕਿੰਨਾ ਚਿਰ ਚੁੱਪ ਰਹਿਣਗੇ, ਇਹ ਸਵਾਲ ਤਾਂ ਇਹਦੀ ਤਾਂ ਚਰਚਾ ਹੋ ਰਹੀ ਹੈ। ਕਾਂਗਰਸ ਪਾਰਟੀ ਕੀ ਸੋਚਦੀ ਹੈ ਸਿੱਖਾਂ ਵਾਲਾ ਸਾਹਿਬ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਆਪਾਂ ਗੱਲ ਡਾਕਟਰ ਕੇਰ ਸਿੰਘ ਹੋਰਾਂ ਨੇ ਵੀ ਕਹੀ ਹੈ ਕਿ ਸਾਡੇ ਮਾਣਯੋਗ ਗਵਰਨਰ ਸਾਹਿਬ ਸਾਡੇ ਸਟੇਟ ਦੇ ਸੰਵਿਧਾਨਕ ਮੁਖੀ ਹੁੰਦੇ ਆ, ਸੰਵਿਧਾਨਕ ਮੁਖੀ ਹੋਣ ਦੇ ਨਾਤੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੇ ਕੋਲ ਬੁਲਾ ਸਕਦੇ ਆ, ਉਹ ਉਹਨਾਂ ਦੀ ਡਿਸਕ੍ਰੀਸ਼ਨ ਪਾਵਰ ਹੈ। ਪਰ ਜਿਹੜੀ ਇੱਕ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਤੇ ਉਸ ਤੋਂ ਬਾਅਦ ਵਿੱਚ ਦਖਲਅੰਦਾਜ਼ੀ ਕਰਨੀ, ਇਹ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰੀਕਰਨ ਦੀ ਨੀਤੀ ਹੈ, ਜਿਹੜੀਆਂ ਕਿ ਪਹਿਲਾਂ ਸ਼ਕਤੀਆਂ ਦਾ, ਅਸੀਂ ਲੰਬੇ ਸਮੇਂ ਤੋਂ ਜਿਹੜੇ ਲੋਕਤੰਤਰ ਦੇ ਵਿੱਚ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਹੋਇਆ, ਤੇ ਉਹਨੂੰ ਜਿਹੜੀ ਇਹਨਾਂ ਦੀ ਬੀਜੇਪੀ ਦੀ ਸ਼ੁਰੂ ਤੋਂ ਨੀਤੀ ਰਹੀ ਹੈ ਕੇਂਦਰੀਕਰਨ ਦੀ, ਉਹਦਾ ਇੱਕ ਹਿੱਸਾ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਸਾਰੇ ਜਿਹੜੇ ਗਵਰਨਰ ਆ ਉਹਨਾਂ ਨੂੰ ਦਿੱਲੀ ਬੁਲਾ ਕੇ ਹਦਾਇਤਾਂ ਦਿੱਤੀਆਂ ਗਈਆਂ, ਉਹ ਹਦਾਇਤਾਂ ਦੀ ਇਹ ਕੜੀ ਦੇ ਵਜੋਂ ਹੀ ਇਹਨੂੰ ਆਪਾਂ ਮੀਟਿੰਗ ਨੂੰ ਦੇਖ ਸਕਦੇ ਹਾਂ, ਕਿਉਂਕਿ ਉੱਤੋਂ ਸੈਂਟਰ ਵੱਲੋਂ ਸਿੱਧੀ ਸਿੱਧੀ ਹਦਾਇਤ ਹੈ ਕਿ ਤੁਸੀਂ ਜਾ ਕੇ ਦਖਲਅੰਦਾਜ਼ੀ ਕਰੋ, ਉਹਦੇ 'ਚ ਆਪਣੇ ਸਕਰੀਆ ਰਹੋ, ਉਹਦੇ ਨਿਗਰਾਨੀ ਰੱਖੋ ਜਿਹੜੀ ਐਡਮਿਨਿਸਟ੍ਰੇਸ਼ਨ ਉਹਦੇ 'ਤੇ। ਸੋ ਇੱਕ ਗੱਲ ਵੱਖਰੀ ਹੈ ਕਿ ਜਿਹੜੀਆਂ ਜਿੱਥੇ ਵਿਰੋਧੀ ਧਿਰ ਦੀਆਂ ਸਰਕਾਰਾਂ, ਨੌਨ ਬੀਜੇਪੀ ਦੀਆਂ ਸਰਕਾਰਾਂ, ਉਹ ਅੰਦਾਜ਼ੀ ਹੱਦ ਨਾਲੋਂ ਜ਼ਿਆਦਾ ਹੈ। ਪਹਿਲਾਂ ਵੀ ਆਪਾਂ ਇਹ ਵਰਤਾਰਾ ਦੇਖਦੇ ਰਹੇ ਹਾਂ, ਬਾਕੀ ਸਟੇਟਾਂ ਦੇ ਵਿੱਚ ਵੀ ਦੇਖਿਆ, ਪੱਛਮੀ ਬੰਗਾਲ 'ਚ ਦੇਖਿਆ, ਕਰਨਾਟਕਾ 'ਚ ਦੇਖਿਆ। ਸੋ ਇਹ ਅਸੀਂ ਇਹ ਇੱਕ ਵੱਖਰੀ ਗੱਲ ਹੈ, ਪਰ ਉਹਦੇ ਨਾਲ ਨਾਲ ਜਿਹੜੀ ਇਸ ਤਰ੍ਹਾਂ ਜਿਹੜੀ ਚੁਣੀ ਹੋਈ ਸਰਕਾਰ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਹੋਣੀ, ਫਿਰ ਉਹਦੇ ਬਾਅਦ ਜਿਵੇਂ ਇੱਕ ਹੋਰ ਇਹਦੇ 'ਚ ਆਪਾਂ ਦੇਖ ਸਟੈਂਡ ਕਰ ਸਕਦੇ ਗੱਲ ਕਿ ਜਿਹੜੀ ਭਗਵੰਤ ਮਾਨ ਸਰਕਾਰ ਨੇ ਇੱਕ ਬਿੱਲ ਲਿਆਂਦਾ ਸੀ ਵਿਧਾਨ ਸਭਾ ਦੇ ਵਿੱਚ, ਵਾਈਸ ਚਾਂਸਲਰ ਜਿਹੜੇ ਚਾਂਸਲਰ ਹੈ ਉਹ ਮਾਣਯੋਗ ਹੋਣਗੇ ਗਵਰਨਰ ਨੂੰ ਹਟਾ ਕੇ, ਉਹਦੀ ਕੜੀ ਵਜੋਂ ਵੀ ਸ਼ਾਇਦ ਉਹ ਕੋਈ ਝਟਕਾ ਦੇਣਾ ਚਾਹੁੰਦੇ ਹੋਣ ਇਹਨਾਂ ਨੂੰ ਉਸ ਗੱਲ ਦਾ, ਕਿਉਂਕਿ ਉਹ ਉੱਥੇ ਮਾਣਯੋਗ ਰਾਸ਼ਟਰਪਤੀ ਸਾਹਿਬ ਵੱਲੋਂ ਉਹਦੇ ਤੇ ਸਾਈਨ ਨਹੀਂ ਹੋਏ, ਉਹ ਵਾਪਸ ਹੋ ਗਿਆ ਸੀ। ਸੋ ਇਹ ਆਪਾਂ ਇਹਨੂੰ ਆਪਾਂ ਇਸ ਗੱਲ ਦੇ ਵਿੱਚ ਦੇਖ ਸਕਦੇ ਹਾਂ, ਪਰ ਇਹਨੂੰ
ਇੱਕ ਚੰਗਾ ਸੰਕੇਤ ਨਹੀਂ ਕਹਿ ਸਕਦੇ ਲੋਕਤੰਤਰ ਦੇ ਵਿੱਚ। ਲੋਕਤੰਤਰ ਦੀਆਂ ਜਿਹੜੀਆਂ ਲੋਕਤੰਤਰਿਕ ਸ਼ਕਤੀਆਂ ਉਹਨੂੰ ਘਟਾਉਣ ਵਾਲੇ ਪਾਸੇ, ਕਿਉਂਕਿ ਅਸੀਂ ਮੈਂ ਜਿਵੇਂ ਵਿਕੇਂਦਰੀਕਰਨ ਦੀ ਗੱਲ ਕੀਤੀ ਸੀ, ਅਸੀਂ ਤਾਂ ਪੰਚਾਇਤਾਂ ਨੂੰ ਅਧਿਕਾਰ ਦਿੱਤੇ, ਪਹਿਲਾਂ ਸਟੇਟਾਂ ਨੂੰ ਅਧਿਕਾਰ ਦਿੱਤੇ, ਸਟੇਟਾਂ ਤੋਂ ਬਾਅਦ ਪੰਚਾਇਤਾਂ ਨੂੰ ਦਿੱਤੇ, ਜ਼ਿਲ੍ਹਾ ਪ੍ਰੀਸ਼ਦਾਂ ਨੂੰ ਦਿੱਤੇ, ਮਿਊਂਸਪਲ ਕਮੇਟੀਆਂ ਨੂੰ ਦਿੱਤੇ, ਤਾਂ ਕਿ ਸਥਾਨਕ ਲੈਵਲ ਤੇ ਲੋਕਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹ ਕੰਮ ਕਰ ਸਕਣ ਤੇ ਉਹ ਸਾਡੀ ਜਿਹੜੀ ਪ੍ਰਗਤੀ ਆ ਉਹਨੂੰ ਆਪਣੇ ਢੰਗ ਦੇ ਨਾਲ ਡਿਵੈਲਪਮੈਂਟ ਕਰਾ ਸਕਣ। ਪਰ ਜਿਹੜੀ ਜਿਸ ਸੈਕਟਰ ਵੱਲੋਂ ਇੱਕ ਨੁਮਾਇੰਦਾ ਆ ਕੇ ਸਿੱਖਾਂ ਵਾਲਾ ਸਾਹਿਬ, ਜਿਹੜਾ ਝਟਕਾ ਜੀ ਦੀ ਗੱਲ ਤੁਸੀਂ ਕਹਿ ਰਹੇ ਹੋ, ਉਹ ਤਾਂ ਉਹ ਵੀ ਦੇਤਾ ਸੀ ਜਦੋਂ ਜਿਹੜਾ ਉਹਨਾਂ ਦਾ ਕਾਨੂੰਨ ਹੀ ਰੱਦ ਕਰਤਾ ਸੀ। ਔਰ ਦੂਜੀ ਗੱਲ ਹੈ, ਬਿਲਕੁਲ ਜੀ, ਦੂਜਾ ਵੱਡਾ ਝਟਕਾ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਕੇਂਦਰ ਜਿਹੜਾ ਉਹ ਦਖਲ ਦੇਣਾ ਚਾਹੁੰਦਾ ਹੈ, ਉਹ ਉਸ ਦਿਨ ਆ ਗਿਆ ਸੀ ਜਦੋਂ 50 ਕਿਲੋਮੀਟਰ BSF ਨੂੰ ਦਾਇਰਾ ਦਿੱਤਾ ਸੀ। ਤਾਂ 50 ਕਿਲੋਮੀਟਰ ਤੱਕ ਤਾਂ ਜਾ ਸਕਦਾ, ਡਾਕਟਰ ਕੇਹਰ ਸਿੰਘ ਠੀਕ ਕਹਿ ਰਹੇ ਨੇ, ਉੱਥੇ ਗਵਰਨਰ ਦੀ ਤਾਕਤ, ਉੱਥੇ ਸਰਹੱਦੀ ਜ਼ਿਲ੍ਹੇ ਵਿੱਚ ਹੁਣ ਉੱਥੇ ਪੂਰਾ ਡਾਟਾ ਲੈ ਲਿਆ ਉਹਨਾਂ ਨੇ, ਕਹਿੰਦੇ ਦੱਸੋ ਉੱਥੇ ਕਿਹੜੇ ਕਿਹੜੇ ਫੌਜੀ ਸਾਬਕਾ ਰਹਿੰਦੇ ਨੇ। ਸੋ ਕਿਤੇ ਨਾ ਕਿਤੇ ਜਿਹੜੀ ਇਕੱਲਾ ਇਹ ਨਹੀਂ ਕਿ ਪੰਜਾਬ ਦੇ ਵਿੱਚ, ਮੇਰਾ ਖਿਆਲ ਹੈ ਤੁਸੀਂ ਠੀਕ ਕਹਿ ਰਹੇ ਹੋ, ਜਿਹੜੀ ਗਵਰਨਰ ਮੀਟ ਹੋਈ ਸੀ ਉਹਦੇ ਚ ਸਾਰੇ ਗਵਰਨਰ ਨੂੰ ਕਿਹਾ ਗਿਆ, ਹੁਣ ਕਿਉਂਕਿ ਆਪੋਜੀਸ਼ਨ ਦੀ ਸਰਕਾਰ ਹੈ, ਗੈਰ ਭਾਜਪਾਈ ਸਰਕਾਰ ਹੈ, ਇੱਥੇ ਥੋੜਾ ਜਿਹਾ ਜ਼ਿਆਦਾ ਗੱਲ ਰੜਕਦੀ ਹੈ ਇਉਂ ਲੱਗਦਾ। ਲੇਕਿਨ ਜਿਹੜੀ ਬਾਰ ਬਾਰ ਕਿਹਾ ਜਾਂਦਾ ਨਾ, ਜਿਹੜੇ ਕੇਂਦਰ ਸਰਕਾਰ ਸੰਘ ਦੀ ਸੰਘੀ ਘੁੱਟ ਰਹੀ ਹੈ, ਇਹ ਕਿਤੇ ਉੱਧਰ ਨੂੰ ਤਾਂ ਨੀ ਗੱਲ ਜਾ ਰਹੀ। ਖੈਰ ਇਹ ਤੇ ਅਸੀਂ ਚਰਚਾ ਜਾਰੀ ਰੱਖਾਂਗੇ, ਇੱਕ ਬ੍ਰੇਕ ਲੈ ਲਈਏ, ਮਿਲ ਜਾ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਪਹਿਲਾਂ ਦੱਸੋ, ਅਸੀਂ ਜਿਹੜੀ ਗੱਲ ਕਰ ਰਹੇ, ਤੁਹਾਨੂੰ ਪਤਾ ਹੀ ਹੈ ਕਿ ਰਾਜਪਾਲ ਸਾਹਿਬ ਨੇ ਜਿਸ ਤਰੀਕੇ ਨਾਲ ਸਾਰੇ ਸਕੱਤਰ ਨੂੰ ਪਹਿਲਾਂ ਬੁਲਾ ਕੇ ਸਕੱਤਰਾਂ ਦੀ ਮੀਟਿੰਗ ਕੀਤੀ ਤੇ ਉਹਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ, ਵੇਰਵੇ ਮੰਗੇ, ਤੇ ਵਾਰ ਵਾਰ ਹੁਣ ਗੱਲ ਇਹ ਆ ਰਹੀ ਹੈ ਕਿ ਇੱਕ ਚੁਣੀ ਹੋਈ ਸਰਕਾਰ ਦੇ ਹੁੰਦੇ ਹੋਏ ਗਵਰਨਰ ਸਾਹਿਬ ਇਸ ਤਰ੍ਹਾਂ ਐਕਟਿਵ ਕਿਵੇਂ ਹੋਏ ਨੇ ਜਾਂ ਕਿਉਂ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਹਰਜੀਤ ਸਿੰਘ ਕਿਵੇਂ ਸੋਚਦੇ ਹੋ? ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ, ਥੈਂਕ ਯੂ। ਦੇਖੋ ਵਾਲੀਆ ਸਾਹਿਬ, ਐਜ ਏ ਪਾਰਟੀ ਨੁਮਾਇੰਦਾ ਸ਼੍ਰੋਮਣੀ ਅਕਾਲੀ ਦਲ ਦਾ ਕਲੀਅਰ ਸਟੈਂਡ ਹੈ ਕਿ ਡਿਊਲੀ ਇਲੈਕਟਿਡ ਸਰਕਾਰ ਦੇ ਰੋਜ਼ਮਰਾ ਦੇ ਕੰਮ ਦੇ ਵਿੱਚ ਜੇ ਗਵਰਨਰ ਸਾਹਿਬ ਦੀ ਦਖਲ ਅੰਦਾਜ਼ੀ ਤੇ ਇਹ ਫੈਡਰਲ ਸਟਰਕਚਰ ਤੇ ਚੋਟ ਹੈ, ਕਿਉਂਕਿ ਗਵਰਨਰ ਸਾਹਿਬ ਨੂੰ ਜਿਹੜੇ 4 ਰਾਈਟ ਨੇ ਉਹਦੇ ਕੋਲ, ਐਗਜ਼ੀਕਿਊਟਿਵ ਪਾਵਰ ਨੇ, ਕੰਸਟੀਟਿਊਸ਼ਨਲ ਪਾਵਰ ਨੇ, ਫਾਈਨਾਂਸ ਪਾਵਰ ਨੇ, ਬਜਟਰੀ ਪਾਵਰ ਨੇ। ਐਗਜ਼ੀਕਿਊਟਿਵ ਪਾਵਰ ਜਿਹੜਾ ਹੈ ਉਹ ਆਰਟੀਕਲ 154 ਇਹਨੂੰ ਡਿਕਟੇਟ ਕਰਦਾ ਕਿ ਕੀ ਪਾਵਰ ਨੇ ਗਵਰਨਰ ਸਾਹਿਬ ਕੋਲ। ਉਹ ਸਾਰੀ ਐਗਜ਼ੀਕਿਊਟਿਵ ਪਾਵਰ 'ਚ ਇੱਕ ਪਾਵਰ ਨੂੰ ਛੱਡ ਕੇ ਉਹਦੇ 'ਚ 8 ਸਬ ਕਲੋਜ਼ ਨੇ, 7 ਜਿਹੜੇ ਸਬ ਕਲੋਜ਼ ਨੇ ਉਹ ਸਟੇਟ ਸਰਕਾਰ ਦੇ ਅੰਡਰ ਨੇ, ਉਹਨੂੰ ਸਟੇਟ ਸਟੇਟ ਗੌਰਮੈਂਟ ਦੇ ਅੰਡਰ ਹੀ ਆ, ਉਹਦੀ ਜਿਹੜੀ ਆਖਰੀ ਮੋਹਰ ਆ ਉਹ ਇਲੈਕਟਿਡ ਗੌਰਮੈਂਟ ਦੀ ਆ। ਇੱਕ ਕਲੋਜ਼ ਹੈ ਕਾਲਿੰਗ ਫੋਰ ਦਾ ਇਨਫੋਰਮੇਸ਼ਨ ਕਿ ਗਵਰਨਰ ਸਟੇਟ ਗੌਰਮੈਂਟ ਤੋਂ ਕੋਈ ਵੀ ਇਨਫੋਰਮੇਸ਼ਨ ਕਲੋਜ਼ 8 ਉਹ ਆਰਟੀਕਲ 154 ਦੇ ਅੰਡਰ ਮੰਗ ਸਕਦੇ ਨੇ। ਹੁਣ ਜਦੋਂ ਮਾਨ ਸਾਹਿਬ ਨੂੰ ਪੁੱਛਿਆ ਸੀ ਕੱਲ੍ਹ ਪੱਤਰਕਾਰਾਂ ਨੇ ਕਿ ਗਵਰਨਰ ਸਾਹਿਬ ਨੇ ਮੀਟਿੰਗ ਬੁਲਾਈ ਹੈ ਸੈਕਟਰੀਸ ਦੀ, ਤੁਸੀਂ ਕੀ ਵੇਖਦੇ ਹੋ, ਤੇ ਮਾਨਯੋਗ ਮੁੱਖ ਮੰਤਰੀ ਦਾ ਜਵਾਬ ਸੀ ਇਹ ਇੰਟਰੋਡਕਟਰੀ ਮੀਟਿੰਗ ਆ, ਉਹਨਾਂ ਵੀ ਇਸ ਮੀਟਿੰਗ ਦੇ ਉੱਤੇ ਕੋਈ ਉਹ ਕੋਈ ਜਿਵੇਂ ਪਹਿਲੇ ਪੁਰੋਹਿਤ ਸਾਹਿਬ ਦੇ ਟਾਈਮ ਹਮੇਸ਼ਾ ਹਮਲਾਵਰ ਰਹਿੰਦੇ ਸਨ,
ਉਹਨਾਂ ਇਹੀ ਜਵਾਬ ਦਿੱਤਾ ਕਿ ਇਹ ਤਾਂ ਇੰਟਰੋਡਕਟਰੀ ਮੀਟਿੰਗ ਸੀ। ਸੋ ਵਾਲੀਆ ਸਾਹਿਬ, ਜਿੱਥੇ ਤੱਕ ਤੇ ਕਾਲਿੰਗ ਫੋਰ ਦਾ ਇਨਫੋਰਮੇਸ਼ਨ ਤੱਕ ਹੈ, ਉਹ ਤਾਂ ਐਗਜ਼ੀਕਿਊਟਿਵ ਪਾਵਰ ਦੇ ਵਿੱਚ ਆਉਂਦਾ। ਹੁਣ ਅਸੀਂ ਦੇਖਣਾ ਹੈ ਕਿ ਕਿਆ ਗਵਰਨਰ ਸਾਹਿਬ ਕੋਈ ਡਾਇਰੈਕਸ਼ਨ ਵੀ ਦੇ ਦੇਣ ਸੈਕਟਰੀਸ ਨੂੰ। ਉਹਨਾਂ ਦੋ ਮੀਟਿੰਗਾਂ ਬੁਲਾਈਆਂ, ਇੱਕ ਸੈਂਟਰਲ ਗਵਰਨਮੈਂਟ ਦੇ ਅਫਸਰਾਂ ਦੀਆਂ ਅਤੇ ਇੱਕ ਸਟੇਟ ਗਵਰਨਮੈਂਟ ਦੇ ਅਫਸਰਾਂ ਦੀਆਂ। ਜੇ ਤਾਂ ਉਹ ਡਾਇਰੈਕਸ਼ਨ ਵੱਲ ਜਾਂਦੇ ਨੇ ਤਾਂ ਨਵੰਬਰ 2023 ਦੀ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹਦੇ 'ਚ ਉਹਨਾਂ ਨੇ ਗਵਰਨਰ ਦਾ ਰੋਲ ਬੜਾ ਕਲੀਅਰ ਲਿਖਤਾ ਕਿ ਗਵਰਨਰ ਸਾਹਿਬ ਈਵਨ ਕਿਸੇ ਕਾਨੂੰਨ ਨਾਲ ਵੀ ਰਾਜ਼ੀ ਨਹੀਂ ਅਤੇ ਉਹਨੂੰ ਇਨਡੈਫੀਨੇਟਲੀ ਆਪਣੇ ਕੋਲ ਨਹੀਂ ਰੱਖ ਸਕਦੇ, ਜਾਂ ਤਾਂ ਰਾਸ਼ਟਰਪਤੀ ਨੂੰ ਭੇਜਣ ਜੇ ਰਾਸ਼ਟਰਪਤੀ ਦਾ ਰੂਲ ਦਾ ਉਹ ਪੰਜਾਬ ਹੋਇਆ ਅਤੇ ਕਾਂਗਰਸ ਦੇ ਟਾਈਮ ਹੋਇਆ। ਉਹੀ ਰਣਨੀਤੀ ਹੁਣ ਬੀਜੇਪੀ ਜਿਹੜੀ ਹੈ ਡਾਇਰੈਕਟਲੀ ਦੀ ਜਗ੍ਹਾ ਇਨਡਾਇਰੈਕਟਲੀ ਜਿੱਥੇ ਵੀ ਪਕਸ਼ ਦੀ ਸਰਕਾਰਾਂ ਨੇ ਉੱਥੇ ਬਾਂਹ ਮਰੋੜਨ ਦਾ, ਇਲੈਕਟਿਡ ਗੌਰਮੈਂਟ ਦੀ ਬਾਂਹ ਮਰੋੜਨ ਦਾ ਕੰਮ ਕਰ ਰਹੀ ਹੈ। ਅਤੇ ਜੇ ਕਿਸੇ ਵੀ ਤਰੀਕੇ ਨਾਲ, ਲੇਕਿਨ ਹੁਣ ਗੱਲ ਵਾਲੀਆ ਸਾਹਿਬ ਇਹਦਾ ਇੱਕ ਦੂਜਾ ਪੱਖ ਵੀ ਹੈ। ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਦੂਜੇ ਪੱਖ 'ਤੇ ਵੀ ਚਰਚਾ ਕਰਾਂ, ਸਟੇਟ ਗੌਰਮੈਂਟ ਦੇ ਰੋਲ 'ਤੇ ਵੀ। ਦੇਖੋ ਵਾਲੀਆ ਸਾਹਿਬ, ਜਦੋਂ ਵੀ ਪਾਵਰ ਆਉਂਦੀ ਹੈ ਇਲੈਕਟਿਡ ਸਰਕਾਰ ਦੇ ਕੋਲ, ਪਾਵਰ ਹਮੇਸ਼ਾ ਜਿਹੜੀ ਹੈ ਉਹ ਰਿਸਪੋਂਸੀਬਿਲਿਟੀ ਅਤੇ ਅਥਾਰਿਟੀ ਦੋਨੋਂ ਲੈ ਕੇ ਆਉਂਦੀ ਹੈ। ਉਹ ਖਾਲੀ ਅਥਾਰਿਟੀ ਨਹੀਂ ਲੈ ਕੇ ਆਉਂਦੀ। ਬਟ ਅਨਫੋਰਚੁਨੇਟਲੀ ਕੀ ਹੋਇਆ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਪਾਵਰ ਦੀ ਅਥਾਰਿਟੀ ਦਾ ਤਾਂ ਪੂਰਾ ਯੂਜ਼ ਕਰ ਰਹੀ ਹੈ, ਲੇਕਿਨ ਆਪਣੇ ਉੱਤੇ ਰਿਸਪੋਂਸੀਬਿਲਿਟੀ ਨਹੀਂ ਲੈ ਰਹੀ। ਜੇ ਤਾਂ ਪਾਵਰ ਦੀ ਅਥਾਰਿਟੀ ਦਾ ਯੂਜ਼ ਕਰਨਾ ਤਾਂ ਜਿੰਨੀਆਂ ਗੱਲਾਂ ਇਹ ਪਹਿਲੇ ਕਰਦੇ ਸਨ ਵੀ 20 ਗੱਡੀਆਂ ਦਾ ਅਮਲਾ ਜੀ, ਇੰਨੇ ਸੁਰੱਖਿਆ ਗਾਰਡ ਜੀ, ਇੰਨਾ ਸਭ ਕੁਛ, ਇਹ ਪੂਰਾ ਇੰਜੋਏ ਕਰ ਰਹੇ ਪੂਰੀ ਆਪਣੀ ਪਾਵਰ ਦਾ। ਪਰ ਜਿੱਥੇ ਤੱਕ ਰਿਸਪੋਂਸੀਬਿਲਿਟੀ ਦੀ ਗੱਲ, ਮੈਂ ਤੁਹਾਨੂੰ ਦੋ ਐਗਜ਼ਾਮਪਲ ਦੇਣਾ ਕਿ ਇਹ ਸਰਕਾਰ ਕਿੰਨੀ ਰਿਸਪੋਂਸੀਬਲ ਹੈ। ਜੇ ਤੁਸੀਂ ਅੱਜ ਦਾ ਅਖਬਾਰ ਦੇਖੋ ਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਗਡਕਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਉਹਦੇ 'ਚ ਤਿੰਨ ਪੁਆਇੰਟਾਂ ਦਾ ਵਾਲੀਆ ਸਾਹਿਬ ਉਹਨਾਂ ਜ਼ਿਕਰ ਕੀਤਾ। ਮੈਂ ਸਰਕਾਰ ਦੀ ਸਿੰਸੀਅਰਟੀ ਤੇ ਸਰਕਾਰ ਦੀ ਰਿਸਪੋਂਸੀਬਿਲਿਟੀ ਦੀ ਗੱਲ ਕਰ ਰਿਹਾ। ਉਹਨਾਂ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਨੂੰ ਲੈ ਕੇ ਕੀ ਲਿਖਦੇ ਨੇ ਕਿ ਜਿਹੜੇ ਪ੍ਰੋਜੈਕਟ ਡਿਲੇ ਹੋਏ ਨੇ ਉਹਦਾ ਇਹ ਕਾਰਨ ਹੈ ਕਿ ਇੱਕ ਕਾਰਨ ਤਾਂ ਉਹਨਾਂ ਦੇਖਿਆ ਵੀ ਕੰਪਨਸੇਸ਼ਨ ਨਹੀਂ ਪ੍ਰੋਪਰ ਮਿਲਿਆ। ਦੂਜਾ ਉਹਨਾਂ ਕਾਰਨ ਲਿਖਿਆ ਕਈ ਹਾਈਵੇ ਪ੍ਰੋਜੈਕਟ ਜਿਹੜੇ ਨੇ ਉਹ ਕੰਟਰੈਕਟਰ ਦੀ ਵਜ੍ਹਾ ਨਾਲ ਡਿਲੇ ਹੋਏ ਨੇ ਕਿ ਐਕੁਜੀਸ਼ਨ ਤੋਂ ਬਾਅਦ ਉਹਨਾਂ ਨੇ ਕੰਮ ਸ਼ੁਰੂ ਨਹੀਂ ਕੀਤਾ। ਵਾਲੀਆ ਸਾਹਿਬ, ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਕੋਲ ਇੰਨਾ ਅਮਲਾ, ਇੰਨੇ ਸੈਕਟਰੀ, ਇੰਨੇ ਅਫਸਰ ਹੁੰਦੇ, ਜਦੋਂ ਕੇਂਦਰ ਦੇ ਮੰਤਰੀ ਨੇ ਚਿੱਠੀ ਲਿਖੀ ਹੈ ਉਹ ਉਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਕਿਉਂ ਲੇਟ ਹੋ ਰਿਹਾ। ਜੇ ਲੇਟ ਹੋ ਰਿਹਾ ਸੀ, ਕਿਆ ਤੁਸੀਂ ਕਿਸੇ ਚਿੱਠੀ ਰਾਹੀਂ, ਕਿਸੇ ਕਮਿਊਨੀਕੇਸ਼ਨ ਰਾਹੀਂ ਸੈਂਟਰਲ ਗਵਰਨਮੈਂਟ ਨੂੰ ਇਤਲਾਹ ਕੀਤੀ ਵੀ ਇਹ ਪ੍ਰੋਜੈਕਟ ਇਸ ਕਾਰਨ ਲੇਟ ਹੋ ਰਹੇ ਨੇ? ਤੁਹਾਨੂੰ ਤਾਂ ਪਤਾ ਚੱਲਿਆ ਇਹ ਲੇਟ ਹੋ ਰਹੇ ਨੇ ਜਦੋਂ ਸੈਂਟਰ ਨੇ ਕਿਹਾ ਵੀ ਲੇਟ ਹੋ ਰਹੇ ਨੇ। ਸਰਦਾਰ ਹਰਜੀਤ ਸਿੰਘ ਜੀ, ਤੁਸੀਂ ਇਹ ਗਨੀਮਤ ਸਾਹਿਬ ਜੋ ਕਿ ਇਹਨਾਂ ਨੇ ਚਿੱਠੀ ਦਾ ਜਵਾਬ ਦਿੱਤਾ, ਤੁਸੀਂ ਕਹਿ ਰਹੇ ਤਾਂ ਪਹਿਲਾਂ ਦੱਸਿਆ ਹੁੰਦਾ, ਇਹ ਗੱਲ ਤੁਹਾਡੀ ਠੀਕ ਹੈ। ਵਾਈਡ ਰਿਸਪੋਂਸੀਬਿਲਟੀ ਵੀ ਹੁੰਦੀ ਹੈ। ਰਾਕੇਸ਼ ਨਾਰਿੰਗ ਸਾਹਿਬ, ਐਡਵੋਕੇਟ ਨਾਰਿੰਗ ਸਾਹਿਬ, ਤੁਸੀਂ ਅੱਜ ਇਸ ਮੁੱਦੇ ਤੇ ਡਿਬੇਟ ਰੱਖੀ ਅਸੀਂ ਤੁਹਾਡੀ ਡਿਬੇਟ ਨੂੰ ਨਹੀਂ ਕਹਿੰਦੇ ਵੀ ਕਿਉਂ ਰੱਖੀ ਆ, ਪਰ ਇਹ ਮੈਂ ਸਮਝਦਾ ਕਿ ਜਿਹੜੇ ਸਟੇਟ ਦੇ ਜਿਹੜੇ ਬਰਨਿੰਗ ਇਸ਼ੂਜ਼ ਹੁੰਦੇ ਨੇ ਨਾ, ਉਹਦੇ ਤੇ ਜੇ ਆਪਾਂ ਡਿਬੇਟ ਇੰਸਟੈਂਟ ਕਰੀਏ ਤਾਂ ਮੇਰੇ ਖਿਆਲ ਨਾਲ ਉਹ ਜ਼ਿਆਦਾ ਠੀਕ ਰਹਿੰਦਾ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜੇ ਮੁੱਦੇ ਤੇ ਆਪਾਂ ਡਿਬੇਟ ਕਰ ਰਹੇ ਹਾਂ ਉਹਦੇ ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਆ, ਕਿਸੇ ਵੱਲੋਂ ਕੋਈ ਰਿਐਕਸ਼ਨ ਨਹੀਂ ਆਇਆ, ਪਰ ਫਿਰ ਵੀ ਆਪਾਂ ਡਿਬੇਟ ਕਰ ਰਹੇ ਹਾਂ। ਜਦਕਿ ਜਿਹੜਾ ਅਸਲ ਮੁੱਦਾ ਅਜੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਵੈਰੀ ਸੋਰੀ ਟੂ ਸੇ, ਸ਼੍ਰੋਮਣੀ ਅਕਾਲੀ ਦਲ ਦੇ ਮੇਰੇ ਭਾਈ ਸਾਹਿਬ ਬੋਲੇ ਨੇ ਪਰ ਉਹਨਾਂ ਨੇ ਕੁਛ ਨਹੀਂ ਦੱਸਿਆ ਵੀ ਇਹਨਾਂ ਦੇ ਹਾਰਸ ਟ੍ਰੇਡਿੰਗ ਕਰਕੇ ਐਮਐਲਏ ਖਰੀਦੇ ਜਾ ਰਹੇ ਨੇ। ਅੱਜ ਇਹਨਾਂ ਦੇ ਬੰਗਾ ਦਾ ਐਮਐਲਏ
ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਐਮਐਲਏ ਉਹਨਾਂ ਨੇ ਖਰੀਦ ਲਿਆ ਹਾਰਸ ਟ੍ਰੇਡਿੰਗ ਦੇ ਨਾਲ। ਔਰ ਉੱਥੇ ਇਹ ਚਰਚਾ ਲੋਕਤੰਤਰ 'ਚ ਬੜੀ ਜ਼ਰੂਰੀ ਹੈ ਕਿ 92 ਐਮਐਲਏ ਵਾਲੀ ਸਰਕਾਰ ਨੂੰ ਐਸਾ ਕੀ ਖਤਰਾ ਪੈ ਗਿਆ ਕਿ ਇੱਕ ਇੱਕ ਦੋ ਦੋ ਐਮਐਲਏ ਨੂੰ ਬਾਈ ਇਲੀਗਲ ਮੀਨਸ ਉਹ ਆਪਣੀ 'ਚ ਸ਼ਾਮਿਲ ਕਰ ਰਹੇ ਨੇ, ਤੇ ਇਹਦੇ ਲਈ ਫੰਡਿੰਗ ਕਿੱਥੋਂ ਆ ਰਹੀ ਹੈ, ਇਹ ਪੈਸਾ ਕੌਣ ਦੇ ਰਿਹਾ ਵਾ, ਕਿਆ ਇਹ ਲੋਕਤੰਤਰ ਲਈ ਸ਼ਰਮਨਾਕ ਨਹੀਂ ਆ? ਕਿਉਂਕਿ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਅਲੱਗ ਕਿਸਮ ਦੇ ਲੋਕ ਆ, ਅਸੀਂ ਅਲੱਗ ਤਰ੍ਹਾਂ ਦੇ ਲੋਕ ਆ, ਅਲੱਗ ਤਰ੍ਹਾਂ ਦੀ ਰਾਜਨੀਤੀ ਕਰਨ ਆਏ ਆ, ਤੇ ਕਿਤੇ ਨਾ ਕਿਤੇ ਉਹ ਟ੍ਰੈਡੀਸ਼ਨਲ ਪਾਰਟੀਆਂ ਨਾਲੋਂ ਵੀ ਗੰਦੀ ਰਾਜਨੀਤੀ ਕਰਦੇ ਨਜ਼ਰ ਆ ਰਹੇ ਨੇ। ਮੇਰੇ ਹਿਸਾਬ ਦੇ ਨਾਲ ਇਸ ਮੁੱਦੇ ਤੇ ਚਰਚਾ ਪਹਿਲਾਂ ਹੋਣੀ ਚਾਹੀਦੀ ਆ, ਕਿਉਂਕਿ ਤੁਸੀਂ ਅੱਜ ਚਰਚਾ ਰੱਖੀ ਹੈ ਤਾਂ ਮੈਂ ਤੁਹਾਨੂੰ ਇਸ ਤੇ ਜਵਾਬ ਜ਼ਰੂਰ ਦਊਂਗਾ। ਦੇਖੋ, ਜਿਹੜਾ ਗਵਰਨਰ ਆ ਉਹ ਐਸ ਪਰ ਕੌਂਸਟੀਟਿਊਸ਼ਨ ਉਹਦਾ ਕਸਟੋਡੀਅਨ ਹੁੰਦਾ ਗੌਰਮੈਂਟ ਦਾ, ਔਰ ਸਰਕਾਰ ਦੇ ਸਾਰੇ ਕੰਮ ਜਿਹੜੇ ਆ ਗਵਰਨਰ ਦੇ ਨਾਮ ਦੇ ਨਾਲ ਚੱਲਦੇ ਆ। ਔਰ ਉਹਨਾਂ ਨੇ ਹੁਣੀ ਹੁਣੀ ਚਾਰਜ ਲਿਆ, ਤੇ ਚਾਰਜ ਲੈਣ ਤੋਂ ਬਾਅਦ ਉਹਨਾਂ ਨੇ ਕੁਛ ਸੈਕਰੇਟਰੀਜ਼ ਨੂੰ ਬੁਲਾਇਆ ਵਾ, ਤੇ ਉਹ ਬੁਲਾ ਕੇ ਉਹਨਾਂ ਨੇ ਸਟੇਟ ਦੇ ਬਾਰੇ ਕੁਛ ਜਾਣਕਾਰੀ ਲਈ ਆ, ਸੈਂਟਰ ਦੇ ਪ੍ਰੋਜੈਕਟਸ ਬਾਰੇ ਜਾਣਕਾਰੀ ਲਈ ਆ। ਉਹਦਾ ਕਾਰਨ ਐਮਐਚਏ ਦੀ ਡਾਇਰੈਕਸ਼ਨ ਹੋਵੇ, ਕੋਈ ਗਵਰਨਰ ਦੀ ਕਾਨਫਰੰਸ ਹੋਵੇ ਜਾਂ ਕੁਛ ਵੀ ਹੋਵੇ, ਤੇ ਇਹਦੇ ਚ ਕੁਛ ਵੀ ਐਸਾ ਉਹਨਾਂ ਨੇ ਕੰਮ ਨਹੀਂ ਕੀਤਾ ਕਿ ਜਿਹਦੇ ਤੇ ਆਪਾਂ ਇਹ ਸਵਾਲ ਖੜੇ ਕਰੀਏ ਵੀ ਗਵਰਨਰ ਸਾਹਿਬ ਨੇ ਕਿਉਂ ਕੀਤਾ। ਦੇਖੋ, ਹਰ ਬੰਦੇ ਦਾ ਕੰਮ ਕਰਨ ਦਾ ਵਾਲੀਆ ਸਾਹਿਬ ਆਪਣਾ ਤਰੀਕਾ ਹੁੰਦਾ, ਪੁਰਾਣੇ ਗਵਰਨਰ ਸਾਹਿਬ ਦਾ ਆਪਣਾ ਤਰੀਕਾ ਸੀ, ਇਹਨਾਂ ਦਾ ਆਪਣਾ ਤਰੀਕਾ ਆ, ਤੇ ਆਪਾਂ ਨੂੰ ਥੋੜੇ ਦਿਨ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਵਾ ਕਿ ਉਹ ਜੇ ਉਹ ਸੈਂਟਰ ਦੇ ਪ੍ਰੋਜੈਕਟਸ ਨੂੰ ਜਿਹੜੇ ਟਾਈਮ ਦੇ ਵਿੱਚ ਫ੍ਰੀ ਪੂਰੇ ਨਹੀਂ ਕਰ ਰਹੇ ਕਿਸੇ ਵੀ ਵਜ੍ਹਾ ਕਰਕੇ, ਜੇ ਉਹ ਐਕਸਪੀਡਾਈਟ ਕਰਾ ਰਹੇ ਨੇ, ਤੇ ਜੇ ਉਹ ਆਪਣੇ ਜਿਹੜੇ ਬਾਰਡਰ ਏਰੀਆ ਦੇ ਵਿੱਚ ਜਿਹੜੇ ਆਪਣੇ ਹੈਗੇ ਨੇ ਸੈਨਿਕ, ਉਹਨਾਂ ਦੀ ਇਨਫੋਰਮੇਸ਼ਨ ਲੈ ਰਹੇ ਨੇ ਜਾਂ ਐਸਾ ਕੋਈ ਕੰਮ ਕਰ ਰਹੇ ਨੇ, ਤਾਂ ਮੈਨੂੰ ਨਹੀਂ ਸਮਝ ਆਉਂਦਾ ਕਿ ਉਹਨਾਂ ਨੇ ਐਸਾ ਕਿਹੜਾ ਕੰਮ ਕਰ ਦਿੱਤਾ ਕਿ ਜਿਹਦੇ ਤੇ ਆਪਾਂ ਹੁਣ ਹੀ ਇਹ ਪਰਸੈਪਸ਼ਨ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਇਹ ਕੇਂਦਰ ਦੇ ਕਹੇ ਤੇ ਦਖਲ ਦੇਣੀ ਸ਼ੁਰੂ ਕਰ ਰਹੇ ਨੇ। ਸਿੱਖਾਂ ਵਾਲਾ ਜਿਹਨੇ ਆਪਣੀ ਪਾਰਟੀ ਦੀ ਗੱਲ ਘੱਟ ਕੀਤੀ ਆ, ਇੰਡੀਆ ਬਲੋਕ ਦੀ ਗੱਲ ਜ਼ਿਆਦਾ ਕੀਤੀ, ਕਿਉਂਕਿ ਇਹ ਅੱਜ ਕੱਲ੍ਹ ਸਰਕਾਰ ਦੀ ਨੁਮਾਇੰਦੇ ਨੇ, ਕਿ ਤੁਸੀਂ ਇਹ ਨੀ ਇਸ ਚੀਜ਼ ਤੇ ਚਿੰਤਾ ਜ਼ਾਹਰ ਨਹੀਂ ਕਰਦੇ ਕਿ ਦਿਨ ਦਿਹਾੜੇ ਬੰਗਾ ਦਾ ਇੱਕ ਇਲੈਕਟਿਡ ਐਮਐਲਏ ਪੈਸੇ ਦੇ ਦਮ ਤੇ ਸਰਕਾਰ ਨੇ ਖਰੀਦ ਲਿਆ, ਤੁਸੀਂ ਇਹ ਨੀ ਕਹਿੰਦੇ ਵੀ ਜੇ ਗਵਰਨਰ ਸਾਹਿਬ ਕਰ ਰਹੇ ਆ ਤੇ ਉਹਦੇ ਚ ਗਲਤ ਕੀ ਆ। ਆਪਾਂ ਬਿਨਾਂ ਕਿਸੇ ਪੋਲੀਟੀਕਲ ਸਟੇਟਮੈਂਟ ਤੋਂ ਇਹ ਪਰਸੈਪਸ਼ਨ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਇਸ ਗਵਰਨਰ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ। ਜੀ ਨਾਰਾਇਣ ਸਾਹਿਬ, ਨਾਰਾਇਣ ਸਾਹਿਬ ਤੁਸੀਂ ਐਡਵੋਕੇਟ ਹੋ ਔਰ ਗਵਰਨਰ ਔਰ ਮੁੱਖ ਮੰਤਰੀ, ਇਲੈਕਟਡ ਗਵਰਨਮੈਂਟ ਦਾ ਇੱਕ ਆਪਣਾ ਰੋਲ ਹੁੰਦਾ ਹੈ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ। ਤੁਸੀਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵਾਰ ਵਾਰ, ਤੁਸੀਂ ਇਹ ਗੱਲ ਵੀ ਕਹਿ ਸਕਦੇ ਹੋ ਵੀ ਗਵਰਨਰ ਸਾਹਿਬ ਨੇ ਜੇ ਮੀਟਿੰਗ ਬੁਲਾਈ ਸੀ, ਗਵਰਨਰ ਸਾਹਿਬ ਨੂੰ ਪੰਜਾਬ ਦੇ ਉਹ ਮੁੱਦਿਆਂ ਦੀ ਵੀ ਗੱਲ ਕਰ ਲੈਣੀ ਚਾਹੀਦੀ ਸੀ। ਪੰਜਾਬ ਦੇ ਵਿੱਚ ਝੋਨੇ ਦਾ ਭੰਡਾਰ ਬਾਹਰ ਪਿਆ, ਜਗੜੀ ਫਸਲ ਆ ਰਹੀ ਹੈ, ਸਟੋਰ ਕਰਨ ਨੂੰ ਜਗ੍ਹਾ ਨਹੀਂ, ਚੱਕਣਾ ਕੇਂਦਰ ਸਰਕਾਰ ਨੇ ਹੈ। ਜੇ ਉਹ ਕੇਂਦਰ ਦੇ ਏਜੰਟ ਵਜੋਂ ਕੰਮ ਕਰਦੇ ਨੇ ਤਾਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਦੇ ਕਿ ਜੀ ਪੰਜਾਬ ਦਾ ਮਸਲਾ ਹੈ, ਇਹ ਸਟੋਰ ਖਾਲੀ ਕਰੋ ਤਾਂ ਕਿ ਸਾਡੀਆਂ ਫਸਲਾਂ ਖਰਾਬ ਹੋ ਰਹੀਆਂ ਨੇ, ਔਰ ਸ਼ੈਲਰ ਵਾਲ ਕਹਿੰਦੇ ਸਾਡਾ 3,000 ਕਰੋੜ ਦਾ ਨੁਕਸਾਨ ਹੋ ਗਿਆ। ਸੋ ਬਹੁਤ ਸਾਰੀਆਂ ਗੱਲਾਂ ਨੇ। ਸਾਡਾ ਕੰਮ ਹੈ ਜੋ ਕੰਸਟੀਟਿਊਸ਼ਨ ਜਿੱਥੇ ਵੀ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਹੁੰਦਾ ਉਹ ਤੇ ਅਸੀਂ ਡਿਬੇਟ ਰੱਖਦੇ ਹਾਂ, ਹੱਕ ਜਾਂ ਵਿਰੋਧ। ਤੁਹਾਡਾ ਇਹ ਹੱਕ ਜ਼ਰੂਰ ਹੈ ਕਿ ਤੁਸੀਂ ਕਹੋ ਜੀ ਜੇ ਗਵਰਨਰ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ, ਲੇਕਿਨ ਕਈ ਗੱਲਾਂ ਐਸੀਆਂ ਵੀ ਹੁੰਦੀਆਂ ਨੇ ਮੈਨੂੰ ਸਮਝ ਨਹੀਂ ਆਉਂਦੀ। ਹੋ ਸਕਦਾ ਜੀ ਅਸੀਂ ਘੱਟ ਪੜ੍ਹੇ ਲਿਖੇ ਹੋਈਏ। ਆ ਸੈਬੀ ਦਾ ਜਿਹੜੀ ਬੀਬੀ ਮਾਧਰੀ ਬੁੱਚ ਹੈ, ਮਾਧਵੀ ਬੁੱਚ ਤੇ ਅਡਾਨੀ ਦੋਨਾਂ ਤੇ ਮਸਲਾ ਖੜਾ ਹੋਇਆ ਹੈ, ਜਿਹੜਾ ਹਿਡਨਬਰਗ ਰਿਪੋਰਟ 2 ਚ ਹੈ। ਭਾਰਤੀ ਜਨਤਾ ਪਾਰਟੀ ਡਿਫੈਂਡ ਕਰੀ ਜਾਂਦੀ ਹੈ ਕਿ ਤੁਹਾਡਾ ਤਾਂ ਨਾਂ ਹੀ ਨਹੀਂ ਕਿਤੇ, ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਮਸਲਾ ਹੁਣ ਜੇ ਕੋਈ ਐਮਐਲਏ ਚਲਿਆ ਗਿਆ ਡਿਫੈਕਟ ਕਰਕੇ
ਮਸਲਾ ਉਹਤੇ ਵੀ ਅਸੀਂ ਗੱਲ ਕਰ ਸਕਾਂਗੇ, ਉਹ ਵੀ ਸਾਡੀ ਡਿਬੇਟ ਦਾ ਹਿੱਸਾ ਬਣ ਸਕਦਾ ਹੈ, ਲੇਕਿਨ ਨਾਰਿੰਗ ਸਾਹਿਬ ਜਿਹੜੀ ਸਾਡੀ ਡਿਬੇਟ ਦਾ ਅੱਜ ਹਿੱਸਾ ਹੈ ਅਸੀਂ ਉਹ ਤੇ ਗੱਲ ਕਰ ਰਹੇ ਹਾਂ। ਮਹੇਸ਼ ਸ਼ਰਮਾ ਜੀ, ਤੁਸੀਂ ਕਿਵੇਂ ਸੋਚਦੇ ਹੋ? ਅਨਮਿਊਟ ਕਰੋ ਮਹੇਸ਼। ਵਾਲਿਆ ਸਾਹਿਬ, ਮੇਰੀ ਸੋਚ ਤਾਂ ਹਮੇਸ਼ਾ ਲੋਕਾਂ ਨਾਲ ਹੀ ਰਹਿੰਦੀ ਹੈ। ਲੋਕਾਂ ਦੇ ਵਿੱਚ ਜਿਹੜੀ ਦੋ ਤਰ੍ਹਾਂ ਦੀ ਪਬਲਿਕ ਹੈ, ਜਿਹੜੀ ਤਾਂ ਮਤਲਬ ਵੀ ਬਹੁਤ ਵੱਡੀ ਗਿਣਤੀ ਵਾਲੀ ਪਬਲਿਕ, ਗਰੀਬ ਲੋਕ ਨੇ ਜਿਹੜੇ, ਉਹਨਾਂ 'ਚ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਕੋਈ ਐਡਾ ਸਰੋਕਾਰ ਨਹੀਂ ਹੈ, ਉਹਨਾਂ ਨੂੰ ਕੋਈ ਮਤਲਬ ਨਾ ਇਹਨਾਂ ਦੀ ਕੋਨਸਟੀਟਿਊਸ਼ਨਲ ਵੈਲਿਊ ਪਤਾ ਹੁੰਦੀ ਹੈ, ਉਹਨਾਂ ਨੂੰ ਇਹ ਵੀ ਕੋਈ ਫਰਕ ਨਹੀਂ ਹੈ ਕਿ ਵੀ ਗਵਰਨਰ ਸਾਹਿਬ ਨੇ ਮੀਟਿੰਗ ਕੀਤੀ ਹੈ ਜਾਂ ਮੁੱਖ ਮੰਤਰੀ ਨੇ ਕੀਤੀ ਹੈ, ਉਹਨਾਂ ਨੂੰ ਦੇ ਆਰ ਨਾਟ ਕੰਸਰਨ। ਲੇਕਿਨ ਜਿਹੜੀ ਪੋਲੀਟੀਕਲੀ ਐਕਟਿਵ ਕਲਾਸ ਹੈ ਉਹਦੇ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਰਕਰ ਵੀ ਆ ਜਾਂਦੇ ਨੇ, ਉਹ ਇਸ ਚੀਜ਼ ਦਾ ਜ਼ਰੂਰ ਉਹ ਲੈਂਦੀ ਹੈ, ਨੋਟਿਸ ਲੈਂਦੀ ਹੈ। ਜਦੋਂ ਉਹ ਨੋਟਿਸ ਲੈਂਦੀ ਹੈ, ਚਾਹੇ ਉਹ ਪੋਜ਼ਿਟਿਵ ਲੈਂਦੀ ਹੈ, ਕੁਛ ਲੋਕ ਉਸ ਨੂੰ ਨੈਗੇਟਿਵ ਲੈਂਦੇ ਨੇ, ਤਾਂ ਉਹ ਡਿਬੇਟ ਦਾ ਇਸ਼ੂ ਬਣਦਾ ਹੀ ਬਣਦਾ ਹੈ। ਇਹ ਦੂਜੀ ਗੱਲ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਵਕੀਲ ਸਾਹਿਬ, ਉਹਨਾਂ ਨੂੰ ਮੈਂ ਪਿਛਲੀਆਂ ਜਿੰਨੀਆਂ ਕੁ ਮੈਂ ਇਹਦੇ ਵਿੱਚ ਇਹਨਾਂ ਦੇ ਨਾਲ ਸ਼ੇਅਰ ਕੀਤੀ ਹੈ, ਇਹਨਾਂ ਨੂੰ ਡਿਬੇਟ ਦੀ ਜਿਹੜੀ ਹੈ ਉਹ ਐਂ ਲੱਗਦਾ ਹੁੰਦਾ ਕਿ ਗੈਰ ਜ਼ਰੂਰੀ ਹੈ, ਠੀਕ ਹੈ ਨਾ, ਡਿਬੇਟ ਬਣਦੀ ਹੈ। ਰਹੀ ਗੱਲ ਚੁਣੌਤੀ ਦੀ, ਸਰ ਕਮੈਂਟ ਨਹੀਂ ਕਰ ਸਕਦੇ ਵਾਲੀਆ ਜੀ, ਵੈਰੀ ਸੌਰੀ, ਮੈਂ ਵਿੱਚ ਬੋਲ ਰਿਹਾ, ਪਰਸਨਲ ਕਮੈਂਟ ਕੋਈ ਗੱਲ ਨਹੀਂ ਜੀ, ਤੁਸੀਂ ਟਾਈਮ ਲੈ ਲਿਓ। ਜਿਹੜੀ ਚੁਣੌਤੀ ਵਾਲੀ ਗੱਲ ਹੈ, ਵਾਕਈ ਉਹਨਾਂ ਨੇ ਵਧੀਆ ਢੰਗ ਦੇ ਨਾਲ ਸਾਇਲੈਂਟਲੀ ਇੱਕ ਚੁਣੌਤੀ ਦਿੱਤੀ ਹੈ। ਗੱਲ ਇਹ ਨਹੀਂ ਹੈ ਕਿ ਗੱਲ ਸਹਿ ਦੀ ਨਹੀਂ, ਗੱਲ ਪਹਿ ਦੀ ਹੈ। ਉਹਨਾਂ ਨੇ ਜਿਹੜੀ ਐਮਏਐਸ ਮੁੱਖ ਮੰਤਰੀ ਸਾਹਿਬ ਖੁਸ਼ ਹੋਈ ਜਾਂਦੇ ਸੀਗੇ ਕਿ ਵੀ ਸ਼ਾਇਦ ਪ੍ਰੋਹਿਤ ਸਾਹਿਬ ਚਲੇ ਗਏ ਤਾਂ ਮਤਲਬ ਵੀ ਹੁਣ ਸ਼ਾਇਦ ਮੇਰਾ ਰਾਹ ਪੱਧਰਾ ਹੋ ਜਾਊਗਾ, ਬਿਲਕੁਲ ਨਹੀਂ। ਕੇਂਦਰ ਸਰਕਾਰ ਨੇ ਕਿਸੇ ਹਿਸਾਬ ਨਾਲ ਹੀ ਉਹਨਾਂ ਨੂੰ ਵਾਪਸ ਬੁਲਾਇਆ, ਉਹਨਾਂ ਨੂੰ ਕੋਈ ਪਨਿਸ਼ਮੈਂਟ ਨਹੀਂ ਦਿੱਤੀ, ਉਹਨਾਂ ਨੂੰ ਕੋਈ ਅਵਾਰਡ ਦੇਣ ਵਾਸਤੇ ਵਾਪਸ ਬੁਲਾਇਆ। ਔਰ ਇੱਥੇ ਦਾ ਸਿਸਟਮ, ਇਹਦੇ 'ਚ ਕੋਈ ਦੋ ਰਾਏ ਨਹੀਂ, ਗਵਰਨਰ ਇਜ਼ ਸਪੋਜ਼ ਟੂ ਬੀ ਸਪੋਕਸਮੈਨ ਆਫ ਯੂਨੀਅਨ ਗੌਰਮੈਂਟ, ਉਹਨੇ ਆਪਣੇ ਯੂਨੀਅਨ ਗੌਰਮੈਂਟ ਦਾ ਇੰਟਰਸਟ ਵਾਚ ਕਰਨਾ ਹੀ ਕਰਨਾ। ਔਰ ਇਹਦੇ 'ਚ ਜਿਹੜੀ ਮੀਟਿੰਗ ਦੀ ਗੱਲ ਕਰਦੇ ਆ, ਮੈਨੂੰ ਨਹੀਂ ਲੱਗਦਾ ਕਿਹੜੇ ਕੋਨਸਟੀਟਿਊਸ਼ਨ ਦੀ ਗੱਲ ਕੀਤੀ ਜਾਂਦੀ ਹੈ। ਕੋਨਸਟੀਟਿਊਸ਼ਨ ਇਸ ਦੇ ਬਾਰੇ ਸਾਇਲੈਂਟ ਹੈ ਕਿ ਵੈਦਰ ਇਟ ਇਜ਼ ਪਰਮਿਟਿਡ ਔਰ ਨਾਟ, ਵੈਦਰ ਇਟ ਇਜ਼ ਕੋਨਸਟੀਟਿਊਸ਼ਨਲੀ ਰਾਈਟ ਔਰ ਨਾਟ। ਗੱਲ ਕੋਨਸਟੀਟਿਊਸ਼ਨ ਦੀ ਨਹੀਂ, ਗੱਲ ਪ੍ਰੈਸੀਡੈਂਸ ਦੀ ਹੈ। ਪਿਛਲੇ 10-20-30 ਸਾਲ ਦੇ ਵਿੱਚ ਕਦੇ ਵੀ ਇੱਦਾਂ ਨਹੀਂ ਹੋਇਆ ਕਿ ਇਸ ਪੱਧਰ ਦੀ ਵਕੀਲ ਕਿਸ ਜਿਹੜੀ ਮੀਟਿੰਗ ਉਹ ਕਿਸੇ ਗਵਰਨਰ ਨੇ ਬੁਲਾਈ ਹੋਵੇ। ਇਸ ਕਰਕੇ ਇਹ ਡਿਬੇਟ ਦਾ ਇਸ਼ੂ ਹੈ, ਡਿਬੇਟ ਹੈ ਜਿਹੜੀ ਮਤਲਬ ਹੋਣੀ ਚਾਹੀਦੀ ਹੈ। ਰਹੀ ਗੱਲ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੀ ਚੁੱਪ ਰਹਿਣ ਦੀ, ਸ਼੍ਰੋਮਣੀ ਅਕਾਲੀ ਦਲ ਨੇ, ਦੇਖੋ ਇਹ ਚੁੱਪ ਨੇ, ਰਹਿਣਾ ਵੀ ਚਾਹੀਦਾ ਕਿਉਂਕਿ ਹਾਲੇ ਇਸ ਗੱਲ 'ਤੇ ਕੋਈ ਮੁੱਦਾ ਨਹੀਂ। ਗਵਰਨਰ ਸਾਹਿਬ ਨੇ ਕੋਈ ਗੱਲ ਇੱਦਾਂ ਦੀ ਨੈਗੇਟਿਵ ਨਹੀਂ ਕੀਤੀ ਹੈ, ਕੋਈ ਇੱਦਾਂ ਨੇ ਅਲਟਰਾ ਫਾਇਰ ਗੱਲ ਨਹੀਂ ਕੀਤੀ ਹੈ ਜਿਹੜੀ ਇੱਦਾਂ ਲੱਗੇ ਵੀ ਉਹਨਾਂ ਨੇ ਮਤਲਬ ਕੋਈ ਇਹੋ ਜਿਹੀ ਗੱਲ ਪੁੱਛ ਲਈ ਜਿਹੜੀ ਨਹੀਂ ਪੁੱਛਣੀ ਚਾਹੀਦੀ ਸੀ। ਕਿਸੇ ਤਰ੍ਹਾਂ ਦੀ ਨੈਗੇਟਿਵਿਟੀ, ਕਿਸੇ ਤਰ੍ਹਾਂ ਦੀ ਕੋਈ ਕਮੈਂਟ ਉਹਨਾਂ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਨਹੀਂ ਕੀਤੇ ਕਿ ਵੀ ਸਰਕਾਰ ਵਧੀਆ ਚੱਲਦੀ ਹੈ, ਨਹੀਂ ਚੱਲਦੀ। ਉਹਨਾਂ ਨੇ ਸਾਰਿਆਂ ਨੂੰ ਇਹ ਕਿਹਾ ਵੀ ਇਮਾਨਦਾਰੀ ਨਾਲ ਗੱਲ ਕਰੋ, ਕਹਿਣਾ ਚਾਹੀਦਾ ਬਣਦਾ, ਉਹਨਾਂ ਦਾ ਇੱਕ ਗਾਈਡੈਂਸ ਦੇ ਤੌਰ 'ਤੇ ਬਣਦਾ। ਲੇਕਿਨ ਹੌਲੀ ਹੌਲੀ ਜਦੋਂ ਚਾਹੇ ਮੁੱਖ ਮੰਤਰੀ ਸਾਹਿਬ ਬੋਲਣ ਨਾ ਬੋਲਣ, ਅਤੇ ਜਿਹੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਨੂੰ ਇਸ ਗੱਲ 'ਤੇ ਮਜਬੂਰ ਕਰ ਦੇਣਾ ਟੂ ਕਮੈਂਟ, ਵੀ ਤੁਸੀਂ ਕਮੈਂਟ ਕਰੋ। ਹੁਣ ਕਮੈਂਟ ਉਹ ਕਹਿਣਗੇ ਜੇ ਜਸਟੀਫਾਈਡ ਹੈ, ਫਿਰ ਉਹਨਾਂ ਨੂੰ ਕੱਲ੍ਹ ਨੂੰ ਦੀਂਦਾ ਵੀ ਹੌਲੀ ਹੌਲੀ ਉਹ ਨੈਗੇਟਿਵ ਵੀ ਕਹਿਣਗੇ, ਹੌਲੀ ਹੌਲੀ ਉਹ ਆਪਣੀ ਜਿਹੜੀ ਹੈ ਆਪਣੀ ਜਿਹੜੀ ਇਨਵੋਲਵਮੈਂਟ ਹੈ ਗਵਰਨਰ ਸਾਹਿਬ ਗਾਹਾਂ ਵੀ ਉਹਨਾਂ ਦੀ ਪੁੱਛਗਿੱਛ ਕਰਨਗੇ। ਸ਼੍ਰੋਮਣੀ ਅਕਾਲੀ ਦਲ ਨੇ ਬਿਲਕੁਲ ਚੀਮਾ ਸਾਹਿਬ ਨੇ ਸਟੇਟਮੈਂਟ ਇਸ਼ੂ ਕਰਕੇ ਜਿਹੜੀ ਇਹ ਗੱਲ ਉਹਨੂੰ ਕੀਤੀ ਹੈ, ਫਿਕਰ ਕੀਤਾ ਹੈ ਕਿ ਫੈਡਰਲ ਢਾਂਚੇ ਦੇ ਖਿਲਾਫ ਜਾਂਦੀ ਹੈ ਗੱਲ। ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਵੀ ਉਹ ਇਸ ਚੀਜ਼ ਦਾ
ਇਸ਼ੂ ਬਣਾਉਣ ਔਰ ਕੇਂਦਰ ਸਰਕਾਰ ਨੂੰ ਇਸ ਗੱਲ ਤੋਂ ਰੋਕਣ ਕਿ ਉਹ ਜਿਹੜੀਆਂ ਸਟੇਟ ਵਾਲੀਆਂ ਤਾਕਤਾਂ ਨੇ ਉਹਦੇ ਵਿੱਚ ਇੰਟਰਫੇਅਰ ਕਰਦਾ। ਬਾਕੀ ਇਹ ਮੁੱਦਾ ਹੈ ਜਿਹੜਾ ਬਣਨਾ ਚਾਹੀਦਾ, ਇਸ ਨੂੰ ਜਿਹੜੇ ਆਮ ਲੋਕ ਨੇ ਉਹ ਇੱਕ ਜਿਹੜੀ ਹੈ ਆਪਾਂ ਸ਼ਹਿ ਕਹਿੰਦੇ ਹੁੰਦੇ ਹਾਂ ਉਹ ਮੰਨਦੇ ਨੇ। ਮਹੇਸ਼ ਜੀ, ਮਹੇਸ਼ ਸ਼ਰਮਾ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਜਿਹਦਾ ਤੁਸੀਂ ਹਵਾਲਾ ਦਿੱਤਾ ਚੀਮਾ ਸਾਹਿਬ ਦਾ, ਅਸਲ ਗੱਲ ਤਾਂ ਫੈਡਰਲ ਸਟਰਕਚਰ ਦੀ ਹੈ, ਜਿਹੜਾ ਹੌਲੀ ਹੌਲੀ ਕੇਂਦਰ ਦੀਆਂ ਸ਼ਕਤੀਆਂ ਵੱਧ ਰਹੀਆਂ ਨੇ, ਸਟੇਟ ਦੀਆਂ ਸ਼ਕਤੀਆਂ ਘੱਟ ਰਹੀਆਂ ਨੇ, ਕਦੇ ਕੋਈ ਨੀਤੀ ਲਿਆ ਕੇ ਕਦੇ ਕੋਈ ਨੀਤੀ ਲਿਆ ਕੇ, ਉੱਥੇ ਸਾਡੀ ਡਿਬੇਟ ਕਰਨੀ ਵੀ ਬਣਦੀ ਹੈ, ਉੱਥੇ ਸਾਨੂੰ ਸਤਰਕ ਹੋਣਾ ਵੀ ਬਣਦਾ ਹੈ। ਇਹ ਤੇ ਅਸੀਂ ਚਰਚਾ ਜਾਰੀ ਰੱਖਾਂਗੇ, ਇੱਕ ਬ੍ਰੇਕ ਹੋਰ ਲਵਾਂਗੇ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਡਾਕਟਰ ਕੇਹਰ ਸਿੰਘ ਜੀ, ਹੁਣ ਜਿਹੜੇ ਕੁਛ ਨਵੇਂ ਨੁਕਤੇ ਇਸ ਡਿਬੇਟ ਚੋਂ ਉਭਰੇ ਨੇ, ਉਹਨਾਂ ਦੇ ਹਵਾਲੇ ਨਾਲ ਕੀ ਹੈ ਟਿੱਪਣੀ? ਵਾਲੀਆ ਸਾਹਿਬ, ਮੈਂ ਸੁਣੀਆਂ ਗੱਲਾਂ ਅਤੇ ਮੇਰੀ ਜਿਹੜੀ ਧਾਰਨਾ ਔਰ ਮੇਰੀ ਪੋਜੀਸ਼ਨ ਇਹ ਹੈ ਕਿ ਗਵਰਨਰ ਸਾਹਿਬ ਨੂੰ ਕੁਝ ਸੰਵਿਧਾਨ ਦੇ ਮੁਤਾਬਕ ਅਧਿਕਾਰ ਮਿਲੇ ਹੋਏ ਹੈ, ਆਰਟੀਕਲ 167 ਜਿਹੜਾ ਹੈ ਉਹ ਸੰਵਿਧਾਨ ਦਾ, ਉਹਦੇ ਵਿੱਚ 167 'ਚ ਲਿਖਿਆ ਹੋਇਆ ਹੈ ਕਿ ਜਿਹੜੀ ਕਾਊਂਸਲ ਆਫ ਮਿਨਿਸਟਰ ਜਿਹੜੀ ਹੈ ਸਟੇਟ ਦੀ, ਉਹਦਾ ਫਰਜ਼ ਹੈ ਕਿ ਗਵਰਨਰ ਸਾਹਿਬ ਜਦੋਂ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁਣ, ਮੰਗਣ, ਤਾਂ ਉਹ ਉਹਨਾਂ ਨੂੰ ਮੁਹੱਈਆ ਕਰਨੀ ਚਾਹੀਦੀ ਹੈ। ਇਹ ਆਰਟੀਕਲ 167 ਦੇ ਵਿੱਚ ਦਰਜ ਹੈ। ਆਪਾਂ ਨੂੰ ਪਤਾ ਹੈ ਕਿ ਜਦੋਂ ਉਹ ਕੋਈ ਵੀ ਕਿਸੇ ਵੀ ਸੂਬੇ ਦੀ ਸਰਕਾਰ ਉਹ ਇਨਫੋਰਮੇਸ਼ਨ ਨਹੀਂ ਦਿੰਦੀ ਤਾਂ ਉਹ ਸੰਵਿਧਾਨ ਦੀ ਕੁਤਾਹੀ ਹੈ। ਇਹ ਤਾਂ ਠੀਕ ਹੈ, ਪਰ ਵਾਲੀਆ ਸਾਹਿਬ ਜੋ ਇਹ ਵਰਤਾਰਾ ਆਪਾਂ ਨੂੰ ਦੇਖਣ ਨੂੰ ਮਿਲਿਆ, ਇਹਦੀਆਂ ਤਿੰਨ ਗੱਲਾਂ ਤੁਸੀਂ ਮੈਨੂੰ ਲੱਗਦਾ ਧਿਆਨ ਵਿੱਚ ਰੱਖਣ ਦੀ ਗੱਲਾਂ ਹੈ। ਪਹਿਲੀ ਗੱਲ ਤਾਂ ਇਹ ਕਿ ਜੋ ਸਾਡਾ ਸੰਵਿਧਾਨ ਹੈ ਉਹਦੇ ਵਿੱਚ ਜੋ ਤਾਕਤਾਂ ਦੀ ਵੰਡ ਕੀਤੀ ਹੋਈ ਹੈ ਉਹਦੀ ਰੂਹ ਕੀ ਹੈ, ਸਪਿਰਿਟ ਕੀ, ਉਹਦੀ ਸਪਿਰਿਟ ਦੇ ਅਨੁਕੂਲ ਇਹ ਕਾਰਜ ਨੂੰ ਆਪਾਂ ਦੇਖ ਸਕਦੇ ਹਾਂ ਕਿ ਨਹੀਂ ਦੇਖ ਸਕਦੇ। ਗਵਰਨਰ ਸਾਹਿਬ ਦਾ ਇਹ ਵਰਤਾਰਾ ਕਿ ਉਹਨਾਂ ਨੇ ਇਹਨਾਂ ਸਾਰੇ ਸੱਜਣਾਂ ਨੂੰ ਬੁਲਾਇਆ, ਐਡਮਿਨਿਸਟ੍ਰੇਟਿਵ ਸੈਕਰੇਟਰੀਜ਼ ਨੂੰ, ਮੇਰੇ ਮੁਤਾਬਕ ਇਹ ਸੰਵਿਧਾਨ ਦੀ ਫੈਡਰਲ ਢਾਂਚੇ ਦੀ ਰੂਹ ਦੀ ਵਾਇਲੇਸ਼ਨ ਹੈ। ਇਹ ਹੁਣ ਤੁਸੀਂ ਦੂਸਰੀ ਗੱਲ ਵਾਲੀਆ ਸਾਹਿਬ ਇਹ ਹੈ ਕਿ ਇਹਦੇ ਨਾਲ ਪ੍ਰਭਾਵ ਕੀ ਹੈ, ਇਹ ਕਿਸ ਗੱਲ ਦਾ ਪ੍ਰਭਾਵ ਛੱਡਦੀ ਹੈ। ਪ੍ਰਭਾਵ ਇਹ ਛੱਡਦੀ ਹੈ ਕਿ ਐਡਮਿਨਿਸਟ੍ਰੇਟਿਵ ਐਕਚੁਅਲੀ ਜਿਹੜਾ ਹੈ ਉਹ ਗਵਰਨਰ ਸਾਹਿਬ ਆਪਣੇ ਹੱਥਾਂ ਆਪਣੇ ਰਾਹੀਂ ਚਲਾਉਣਾ ਚਾਹੁੰਦੇ ਹੈ ਜਾਂ ਉਹ ਡਾਇਰੈਕਸ਼ਨ ਦੇਣਾ ਚਾਹੁੰਦੇ ਆ। ਡਾਇਰੈਕਟਲੀ ਉਹ ਐਡਮਿਨਿਸਟ੍ਰੇਟਿਵ ਸੈਕਰੇਟਰੀ ਜਿਹੜੇ ਹੈਗੇ ਹੈ ਉਹਨਾਂ ਨਾਲ ਉਹ ਮੀਟਿੰਗ ਕਰਦੇ ਹੈ, ਅਤੇ ਉਹ ਪ੍ਰਭਾਵ ਕੀ ਪੈਂਦਾ ਹੈ ਕਿ ਉਹ ਕੇਂਦਰ ਵਿੱਚ ਆ ਜਾਂਦੇ ਆ, ਸਿਆਸਤ ਦੇ ਕੇਂਦਰ ਵਿੱਚ ਆ ਜਾਂਦੇ ਆ। ਵਾਲੀਆ ਸਾਹਿਬ, ਇਹੋ ਜਿਹਾ ਪ੍ਰਭਾਵ ਜਦੋਂ ਜਾਂਦਾ ਹੈ ਤਾਂ ਉਹ ਸੰਵਿਧਾਨ ਦੀ ਰੂਹ ਦੇ ਅਨੁਸਾਰ ਨਹੀਂ ਹੈ। ਔਰ ਤੀਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਖਾਸ ਕਿਸਮ ਦਾ ਦੁਫੇੜਾ ਪੈਣ ਦੀ ਸੰਭਾਵਨਾ ਹੈ ਕਿ ਗਵਰਨਰ ਸਾਹਿਬ ਜਦੋਂ ਮਰਜ਼ੀ ਸੈਕਰੇਟਰੀ ਸਾਹਿਬਾਨ ਨੂੰ ਬੁਲਾ ਲੈਣ ਅਤੇ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਦੀ ਲੋੜ ਹੋਵੇ, ਉਹਨਾਂ ਦਾ ਕੰਮ ਜਿਹੜਾ ਹੈ ਉਹ ਵੀ ਐਡਵਰਸਲੀ ਇਫੈਕਟ ਹੁੰਦਾ।
ਸੋ ਮੈਨੂੰ ਲੱਗਦਾ ਕਿ ਸਾਰੀਆਂ ਹੀ ਪੱਖਾਂ ਨੂੰ ਆਪਾਂ ਜੋ ਧਿਆਨ ਵਿੱਚ ਰੱਖਦੇ ਹਾਂ ਤਾਂ ਤਰੀਕਾਕਾਰ ਤਾਂ ਵਾਲੀਆ ਸਾਹਿਬ ਜੋ ਦਿੱਤਾ ਹੋਇਆ ਸੰਵਿਧਾਨ ਦੇ ਵਿੱਚ ਇਹ ਹੈ ਕਿ ਗਵਰਨਰ ਸਾਹਿਬ ਨੂੰ ਜਿਹੜੀ ਵੀ ਜਾਣਕਾਰੀ ਚਾਹੀਦੀ ਹੈ ਜੋ ਵਿਧੀ ਵਿਧਾਨ ਤਰੀਕਾ ਬਣਿਆ ਹੋਇਆ ਕਿ ਉਹ ਚੀਫ ਸੈਕਟਰੀ ਸਾਹਿਬ ਨੂੰ ਚਿੱਠੀ ਲਿਖਣ ਕਿ ਮੈਨੂੰ ਇਹਨਾਂ ਗੱਲਾਂ ਬਾਰੇ ਜਾਣਕਾਰੀ ਚਾਹੀਦੀ ਹੈ, ਇਹਨਾਂ ਪ੍ਰੋਜੈਕਟਸ ਬਾਰੇ ਜਾਣਕਾਰੀ ਚਾਹੀਦੀ ਹੈ, ਉਹਨਾਂ ਦੀ ਪ੍ਰੈਜੈਂਟ ਸਥਿਤੀ ਕੀ ਹੈਗੀ ਹੈ, ਉਹਦੇ ਰਾਹ 'ਚ ਰੁਕਾਵਟਾਂ ਕੀ ਹੈ, ਯਾਨੀ ਇੱਕ ਚੈਨਲ ਬਣੇ ਹੋਏ ਹੈ ਉਹਨਾਂ ਚੈਨਲ ਦੇ ਥਰੂ ਉਹਨਾਂ ਨੂੰ ਆਪਰੇਟ ਕਰਨਾ ਚਾਹੀਦਾ ਹੈ ਤਾਂ ਕਿ ਉਹ ਸੰਵਿਧਾਨ ਦੇ ਵਿੱਚ ਜੋ ਸਰਕਾਰ ਹੈ ਉਹਦੀ ਅਥਾਰਿਟੀ ਅੰਡਰਮਾਈਨ ਨਾ ਹੋਏ ਔਰ ਪ੍ਰਭਾਵ ਜਿਹੜਾ ਹੈ ਲੋਕਾਂ ਵਿੱਚ ਇਹ ਗਲਤ ਨਾ ਜਾਏ ਔਰ ਐਡਮਿਨਿਸਟ੍ਰੇਸ਼ਨ 'ਚ ਵੀ ਇਹ ਪ੍ਰਭਾਵ ਗਲਤ ਨਾ ਜਾਏ। ਹੁਣ ਸਮੱਸਿਆ ਵਾਲੀਆ ਸਾਹਿਬ ਇਹ ਹੈ ਕਿ ਇੱਕ ਤਾਂ ਆਪਾਂ ਨੂੰ ਪਤਾ ਕਿ ਜਿਹੜੀ ਇਹ ਐਡਮਿਨਿਸਟ੍ਰੇਟਿਵ ਸੈਕਰੇਟਰੀਜ਼ ਨੇ ਉਹ ਸੀਨੀਅਰ IAS ਆਫੀਸਰ ਹੁੰਦੇ ਨੇ ਔਰ ਉਹ ਪਹਿਲਾਂ ਤਾਂ ਹੈ ਹੀ ਉਹ ਕੇਂਦਰ ਦੇ ਮੁਲਾਜ਼ਮ ਹੁੰਦੇ ਨੇ, ਇਹਨੇ ਵੇ ਦੇ ਆਰ ਅਕਾਊਂਟੇਬਲ ਮੋਰ ਟੂ ਸੈਂਟਰ ਕਿਉਂਕਿ ਉਹਨਾਂ ਦੀ ਸਾਰੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਦੇ ਉੱਪਰ ਕੰਟਰੋਲ ਹੈ, ਸੋਰੀ ਉਹਨਾਂ ਦੀ ਜਿਹੜੀ ਡਿਸਿਪਲਨਰੀ ਆ, ਉਹਨਾਂ ਦੀ ਅਪੁਆਇੰਟਮੈਂਟ ਹੈ, ਟਰਾਂਸਫਰ ਵਗੈਰਾ ਉਹ ਉਹਨਾਂ ਦੇ ਕੋਲ ਆ ਜਾਂਦੀ ਆ ਅਲਟੀਮੇਟਲੀ, ਯਾਨੀ ਕਿ ਡਿਸਿਪਲਨਰੀ ਪਾਵਰ ਜਿਹੜੀਆਂ ਹੈਗੀਆਂ ਉਹ ਸੈਂਟਰਲ ਗਵਰਨਮੈਂਟ ਕੋਲ ਹੈ, ਪਹਿਲਾਂ ਹੀ ਉਹਨਾਂ ਦਾ ਜ਼ਿਆਦਾ ਹੁੰਦਾ ਅਤੇ ਜੇ ਹੁਣ ਇਸ ਢੰਗ ਨਾਲ ਉਹਨਾਂ ਨੂੰ ਮੀਟਿੰਗ ਸਿੱਧੀਆਂ ਹੀ ਬੁਲਾ ਕੇ ਜੋ ਚੈਨਲ ਹੁਣ ਤੱਕ ਵਰਤੇ ਜਾਂਦੇ ਰਹੇ ਹੈ ਕਿ ਤੁਸੀਂ ਚੀਫ ਸੈਕਟਰੀ ਸਾਹਿਬ ਤੋਂ ਇਨਫੋਰਮੇਸ਼ਨ ਲੈਣੀ ਹੈ, ਚਿੱਠੀ ਲਿਖ ਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਲਓ ਜੋ ਤੁਹਾਨੂੰ ਉਚਿਤ ਲੱਗਦਾ, ਸੰਵਿਧਾਨ ਦੇ ਵਿੱਚ ਜੋ ਵਿਧੀ ਵਿਧਾਨ ਹੈ ਉਹਦੇ ਅਨੁਕੂਲ ਤੁਸੀਂ ਉਹਨਾਂ ਨਾਲ ਇੱਕ ਰਾਬਤਾ ਬਣਾਓ ਔਰ ਠੀਕ ਦਿਸ਼ਾ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਤੋਰਨ ਦੇ ਵਿੱਚ ਸਹਾਈ ਹੋਵੋ। ਹੁਣ ਜਿਹੜੇ ਢੰਗ ਨਾਲ ਇਹਨਾਂ ਨੇ ਕੀਤਾ ਹੈ ਉਹ ਸੰਵਿਧਾਨ ਦੀ ਰੂਹ ਦੇ ਖਿਲਾਫ ਹੈ, ਪ੍ਰਭਾਵ ਵੀ ਗਲਤ ਦਿੰਦਾ ਹੈ ਔਰ ਜਿਹਨੂੰ ਕਹੀਏ ਕਿ ਦੁਜੈਲੀ ਸਰਕਾਰ ਦਾ ਪ੍ਰਭਾਵ ਹੈ। ਬਿਲਕੁਲ, ਜੇ ਗੱਲ ਸੁਣੋ, ਸਿੰਪਲ ਗੱਲ ਸੀ, ਜੇ ਪੁੱਛਣਾ ਸੀ ਵੀ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਉਣ ਵਾਲੇ ਨੇ ਉਹ ਚੀਫ ਸੈਕਟਰੀ ਨੂੰ ਲਿਖਦੇ ਜਾਂ ਈਵਨ ਐਜੂਕੇਸ਼ਨ ਸੈਕਟਰੀ ਤੋਂ ਲੈ ਲੈਂਦੇ, ਬੁਲਾ ਕੇ ਪੁੱਛਣਾ ਕਿ ਇਫੈਕਟ ਪਏਗਾ ਕੰਮਕਾਜ ਤੇ, ਸਰਕਾਰ ਦੇ ਕੰਮਕਾਜ ਤੇ, ਇਹ ਗੱਲ ਬਿਲਕੁਲ ਕਲੀਅਰ ਹੈ। ਸੀਖਾ ਵਾਲਾ ਸਾਹਿਬ, ਬਹੁਤ ਬਰੀਫ ਲਾਸਟ ਟਿੱਪਣੀ ਸਾਹਿਬ ਦੀ, ਇੱਕ ਡੇਢ ਮਿੰਟ ਦੇ ਵਿੱਚ। ਦੇਖੋ ਜੀ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਹ ਡਾਕਟਰ ਕੀਰ ਸਿੰਘ ਹੋਰਾਂ ਨੇ ਦੁਬਾਰਾ ਫੇਰ ਰਿਪੀਟ ਕੀਤੀ, ਅਸੀਂ ਗੱਲ ਕੀਤੀ ਹੈ ਫੈਡਰਲ ਢਾਂਚੇ ਦੀ ਕਿ ਸਾਡਾ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਜਿਹੜੀਆਂ ਸ਼ਕਤੀਆਂ ਉਹਦਾ ਵਿਕੇਂਦਰੀਕਰਨ ਕੀਤਾ ਗਿਆ ਤੇ ਕਾਂਗਰਸ ਪਾਰਟੀ ਹਮੇਸ਼ਾ ਵਿਕੇਂਦਰੀਕਰਨ ਦੇ ਹੱਕ ਦੇ ਵਿੱਚ ਰਹੀ ਹੈ ਕਿ ਜਿਹੜੀਆਂ ਪਾਵਰਾਂ ਉੱਤੋਂ ਤੋਂ ਲੈ ਕੇ ਥੱਲੇ ਤੱਕ ਵੰਡੀਆਂ ਜਾਣ ਤੇ ਉਹਦਾ ਹਰ ਇੱਕ ਚੀਜ਼ ਦਾ ਫਾਇਦਾ ਸਾਡੀ ਸਹੂਲਤ ਦਾ, ਐਡਮਿਨਿਸਟ੍ਰੇਸ਼ਨ ਦਾ, ਥੱਲੇ ਵਾਲੇ ਪਾਏਦਾਨ ਤੱਕ ਹਰ ਇੱਕ ਵਿਅਕਤੀ ਨੂੰ ਮਿਲੇ। ਔਰ ਉਸੇ ਦੇ ਨੀਤੀ ਦੇ ਤਹਿਤ ਅਸੀਂ ਵਿਕੇਂਦਰੀਕਰਨ ਦੀ ਗੱਲ ਕੀਤੀ ਸੀ, ਜਿਵੇਂ ਪੰਚਾਇਤੀ ਰਾਜ ਬਣਾ ਕੇ ਰਾਜੀਵ ਗਾਂਧੀ ਜੀ ਨੇ ਕਿਹਾ ਸੀ ਕਿ ਸਾਰਾ ਜਿਹੜਾ ਫੰਡ ਉੱਤੋਂ ਆਉਂਦਾ ਹੈ ਥੱਲੇ ਤੱਕ ਜਾਂਦਾ ਜਾਂਦਾ, ਕਈ ਵਾਰੀ 85 ਪੈਸੇ ਰਾਜ ਖਾਤੇ ਜਾਂਦੇ, 15 ਪੈਸੇ ਪਹੁੰਚਦੇ ਆ। ਤੋ ਉਹ ਅਸੀਂ ਪੰਚਾਇਤਾਂ ਨੂੰ ਵੀ ਅਧਿਕਾਰ ਦਿੱਤੇ ਸੀ, ਸੂਬਿਆਂ ਨੂੰ ਅਧਿਕਾਰ ਦਿੱਤੇ ਸੀ, ਪਰ ਇਹਨਾਂ ਨੇ ਇੱਕ ਤਾਂ ਜਿਹੜਾ GST ਲਾ ਕੇ ਜਿਹੜੇ ਵਿੱਤੀ ਪਾਬੰਦੀਆਂ ਇੱਕ ਤਰ੍ਹਾਂ ਨਾਲ ਸੂਬਿਆਂ ਤੇ ਲਾ ਦਿੱਤੀਆਂ ਆਪਣੇ ਢੰਗ ਦੇ ਨਾਲ, ਫਿਰ ਜਿਹੜੇ ਪੈਸੇ ਆ GST ਦਾ ਹਿੱਸਾ ਉਹ ਸਟੇਟਾਂ ਨੂੰ ਕਿਸੇ ਨੂੰ ਪਾਉਂਦੇ ਆ, ਕਿਸੇ ਨੂੰ ਨਹੀਂ ਪਾਉਂਦੇ। ਜਿਹੜੇ ਵਿਰੋਧੀ ਪਾਰਟੀਆਂ ਉਹਨਾਂ ਦੀਆਂ ਜਿੱਥੇ ਸਰਕਾਰਾਂ ਉੱਥੇ ਫੰਡ ਰੋਕ ਲੈ ਜਾਂਦੇ ਆ, ਜਿਵੇਂ ਆਪਣੇ ਵੀ RDF ਦੇ ਫੰਡ ਰੋਕ ਗਏ। ਇਸੇ ਤਰ੍ਹਾਂ ਹੀ ਜਿਹੜੀ ਦਖਲਅੰਦਾਜ਼ੀ ਵਧਾਉਣ ਦੀ ਨੀਤੀ ਦੇ ਤਹਿਤ ਹੀ, ਜਿਹੜੀ ਸੈਂਟਰ ਦੀ ਦਖਲਅੰਦਾਜ਼ੀ ਤੇ ਸੈਂਟਰ ਦੀਆਂ ਪਾਵਰਾਂ ਵਧਾਉਣ ਦੇ ਤਹਿਤ ਹੀ, ਕਿਉਂਕਿ ਇਹ RSS ਤੇ BJP ਹਮੇਸ਼ਾ ਕੇਂਦਰੀਕਰਨ ਦੇ ਹੱਕ ਦੇ ਵਿੱਚ ਰਹੇ ਆ, ਇਹਨਾਂ ਨੇ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਹਮੇਸ਼ਾ ਵਿਰੋਧ ਕੀਤਾ ਹੈ। ਉਸ ਦੀ ਨੀਤੀ ਦੇ ਤਹਿਤ ਹੀ ਅੱਜ ਜਿਹੜੀ ਇਹ ਗਵਰਨਰ ਸਾਹਿਬ ਦਾ ਵਰਤਾਰਾ ਹੋ ਰਿਹਾ ਤੇ ਸੈਂਟਰ ਵੱਲੋਂ ਸਿੱਖਾਂ ਵਾਲਾ ਸਭ ਤੁਹਾਡਾ ਮੇਨ ਜਿਹੜਾ ਪੱਖ ਹੈ, ਜਿਹੜੇ ਥੋੜੀ ਤਰਕ ਹੈ, ਦਲੀਲ ਹੈ, ਉਹੀ ਹੈ
ਕਿ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਆ ਉਹ ਫੈਡਰਲ ਸਿਸਟਮ ਨੂੰ ਜਿਹੜਾ ਹੈ ਚਾਹੁੰਦੀ ਹੈ, ਇਹ ਕੇਂਦਰੀਕਰਨ ਤੁਸੀਂ ਵਿਕੇਂਦਰੀਕਰਨ। ਨਾਰੰਗ ਸਾਹਿਬ, ਲਾਕੇਸ਼ ਨਾਰੰਗ, ਐਡਵੋਕੇਟ ਸਾਹਿਬ। ਬਾਲੀਆ ਸਾਹਿਬ, ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਮੈਂ ਇੱਥੇ ਕਿਸੇ ਨਾ ਕੋਈ ਪਰਸਨਲ ਕਮੈਂਟ ਸੁਣਨ ਲਈ ਨਹੀਂ ਆਇਆ ਸਰ, ਮੈਂ ਬੀਜੇਪੀ ਦਾ ਸਪੋਕਸਪਰਸਨ ਆ। ਮਤਲਬ ਆਈ ਐਮ ਵੈਰੀ ਸੌਰੀ ਟੂ ਹੀਅਰ ਵਟ ਮਿਸਟਰ ਸ਼ਰਮਾ ਵਾਸ ਸੇਇੰਗ, ਹੀ ਇਜ਼ ਅ ਜਰਨਲਿਸਟ। ਉਹਨਾਂ ਨੂੰ ਮੈਨੂੰ ਕੋਈ ਪਰਸਨਲ ਅਟੈਕ ਕਰਨ ਦਾ ਕੋਈ ਮਤਲਬ ਨਹੀਂ ਆ, ਮੈਂ ਪਾਰਟੀ ਦੀ ਆਈਡੀਓਲੋਜੀ ਤੇ ਬੈਠਾ, ਪਾਰਟੀ ਦੀ ਗੱਲ ਕਰ ਰਿਹਾ। ਹਾਂ, ਇਹਨਾਂ ਦੀ ਟਿੱਪਣੀ ਮੈਨੂੰ ਬਾਇਸ ਜ਼ਰੂਰ ਲੱਗਦੀ ਆ, ਕਿਉਂਕਿ ਜਦੋਂ ਵੀ ਅਸੀਂ ਕਿਸੇ ਕੇਂਦਰ ਦੀ ਪਾਲਿਸੀ ਤੇ ਗੱਲ ਕਰਦੇ ਹਾਂ ਤੇ ਹਮੇਸ਼ਾ ਹੀ ਨੈਗੇਟਿਵ ਰਿਸਪੋਂਡ ਕਰਦੇ ਨੇ, ਉਹਨਾਂ ਆਪਾਂ ਅੱਗੇ ਚੱਲਦੇ ਹਾਂ। ਮੈਂ ਕਹਿ ਰਿਹਾ ਵਾਲੀਆ ਸਾਹਿਬ ਕਿ ਜੇ ਸੰਵਿਧਾਨ ਦੇ ਵਿੱਚ ਕੁਛ ਗਵਰਨਰ ਸਾਹਿਬ ਦੇ ਰਾਈਟਸ ਨੇ ਤੇ ਜੇ ਕਈ ਚੀਜ਼ਾਂ ਐਕਸਪਲੇਨ ਨਹੀਂ ਕੀਤੀਆਂ ਹੋਈਆਂ, ਜਿਵੇਂ ਸ਼ਰਮਾ ਜੀ ਨੇ ਬੜਾ ਹਾਈਲਾਈਟ ਕੀਤਾ, ਤਾਂ ਉਹ ਬਾਰ ਵੀ ਨਹੀਂ ਹੈਗੀ ਆ ਕਿ ਤੁਸੀਂ ਮੀਟਿੰਗ ਨਹੀਂ ਸੱਦ ਸਕਦੇ। ਮੈਨੂੰ ਸਮਝ ਨਹੀਂ ਆਈ ਵੀ ਆਪਾਂ ਇੰਨਾ ਹਾਏ ਤੋਬਾ ਜੇ ਪਹਿਲੇ ਦਿਨ ਚਾਹ ਰਹੇ, ਤੁਸੀਂ ਉਹ ਚਾਹੁੰਦੇ ਹੋ ਚਿੱਠੀ ਲਿਖਣ, ਉਹ ਚਿੱਠੀ ਚੀਫ ਮਿਨਿਸਟਰ ਕੋਲ ਜਾਵੇ, ਉਹ ਚੀਫ ਮਿਨਿਸਟਰ ਫਿਰ ਉੱਤੇ 2 ਮਹੀਨੇ ਜਵਾਬ ਨਾ ਦੇਵੇ, ਫਿਰ ਆਪਾਂ ਅਦਾਲਤਾਂ ਦੇ ਵਿੱਚ ਜਾਈਏ, ਕਿਆ ਇਹਦੇ ਨਾਲ ਸੂਬੇ ਦਾ ਭਲਾ ਹੋਏਗਾ? ਤੇ ਜੇ ਇੱਕ ਐਡਮਿਨਿਸਟ੍ਰੇਟਰ ਨੇ ਬੁਲਾ ਕੇ ਚੀਫ ਸੈਕਟਰੀ ਨੂੰ, ਸੈਕਟਰੀ ਨੂੰ ਪੁੱਛ ਵੀ ਲਿਆ ਕਿ ਇਹਦੇ ਚ ਹੈਗਾ, ਤੁਸੀਂ ਜਿਹੜੇ ਸੈਂਟਰ ਦੇ ਪ੍ਰੋਜੈਕਟ ਆ ਉਹਨੂੰ ਆਪਾਂ ਕਿਵੇਂ ਸਟ੍ਰੀਮਲਾਈਨ ਕਰ ਸਕਦੇ ਹਾਂ ਵੀ ਟਾਈਮ ਦੇ ਨਾਲ ਉਹ ਖਤਮ ਹੋ ਜਾ, ਤੇ ਮੈਨੂੰ ਨੀ ਲੱਗਦਾ ਕਿ ਇਹਦੇ ਚ ਉਹਨਾਂ ਨੇ ਕੋਈ ਗਲਤ ਕੰਮ ਕੀਤਾ। ਔਰ ਮੈਂ ਫਿਰ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹੂੰਗਾ ਕਿ ਮੇਰੇ ਤੇ ਜੋ ਕਿਹਾ ਜਾ ਰਿਹਾ ਵੀ ਮੈਂ ਵੀ ਦੋਨੋਂ ਨਿਰਪੱਖ ਟਿੱਪਣੀਕਾਰਾਂ ਨੂੰ ਹਰ ਤੁਹਾਡੀ ਡਿਬੇਟ ਦੇ ਵਿੱਚ ਦੇਖਦਾ, ਇੱਕ ਪਰਸੈਪਸ਼ਨ ਬਣਾ ਕੇ ਗੱਲ ਕਰਦੇ ਨੇ ਕਿ ਕੇਂਦਰ ਦੀ ਸਰਕਾਰ ਤਾਂ ਗਲਤੀ ਕਰ ਰਹੀ ਆ ਜਾਂ ਉਹਨਾਂ ਨੇ ਫੈਡਰਲ ਸਟਰਕਚਰ ਦਾ ਜਿਹੜਾ ਗਲਾ ਘੁੱਟਣ ਦਾ ਕੰਮ ਕਰ ਰਿਹਾ। ਤੋ ਮੇਰੀ ਬੇਨਤੀ ਹੈ, ਦੋਨੋਂ ਮੇਰੇ ਤੋਂ ਉਮਰ ਚ ਵੀ ਵੱਡੇ ਨੇ, ਕਿ ਇਹ ਜਿਹੀ ਪਰਸੈਪਸ਼ਨ ਬਣਾ ਕੇ ਆਪਾਂ ਡਿਬੇਟ ਨਾ ਕਰਿਆ ਕਰੀਏ, ਔਰ ਪਰਸਨਲ ਕਮੈਂਟ ਤੋਂ ਬਚੀਏ। ਮੇਰਾ ਇਹ ਕਹਿਣਾ ਕਿ ਇਹਨਾਂ ਨੂੰ ਮੈਂ ਹਰ ਡਿਬੇਟ ਦੇ ਵਿੱਚ ਦੇਖਦਾ, ਇਹ ਗੱਲ ਕਰਦੇ ਨੇ ਅੱਛੀ ਗੱਲ ਨਹੀਂ ਆ। ਨਹੀਂ ਨਹੀਂ, ਮੇਰਾ ਖਿਆਲ ਆ ਕਈ ਵਾਰੀ ਇਹ ਕੋਇੰਸੀਡੈਂਸ ਹੋ ਜਾਂਦਾ। ਪਿਛਲੀ ਵਾਰ ਦੀ ਡਿਬੇਟ ਚ ਤੁਸੀਂ ਵੀ ਸੀ, ਮਹੇਸ਼ ਸ਼ਰਮਾ ਜੀ ਸੀ, ਉਦੋਂ ਵੀ ਤੁਸੀਂ ਇਹ ਗੱਲ ਕਹੀ ਸੀ ਵੀ ਇਹ ਡਿਬੇਟ ਕਰਨ ਦਾ ਇਸ਼ੂ ਨਹੀਂ। ਤੁਸੀਂ ਦੋਨੇ ਵਾਰ ਇਸ਼ੂ ਤੇ ਜਿਹੜਾ ਅਸੀਂ ਮੁੱਦਾ ਲੈ ਕੇ ਆਉਂਦੇ ਹਾਂ ਉਹਨੂੰ ਮੁੱਦਾ ਬਣਾਇਆ। ਲੱਗਦਾ ਕਿ ਮੈਨੂੰ ਇਹ ਲੱਗਦਾ, ਦੇਖੋ ਮੈਂ ਆਪਣੀ ਪਾਰਟੀ ਦੀ ਲਾਈਨ ਤੇ ਬੋਲ ਸਕਦਾ, ਇਹ ਮੈਨੂੰ ਬੋਲਣ ਤੋਂ ਮਨਾ ਤਾਂ ਨਹੀਂ ਕਰ ਸਕਦੇ ਜੇ ਪੱਤਰਕਾਰ ਹੀ ਨਹੀਂ ਬੋਲਣ ਦੇਣਗੇ, ਤੇ ਇਹ ਪਰਸਨਲ ਕਮੈਂਟ ਨਹੀਂ ਕਰਦੇ, ਮੈਂ ਇਹਨਾਂ ਤੋਂ ਉਮੀਦ ਨਹੀਂ ਕਰਦਾ। ਤੁਸੀਂ ਮੇਰੇ ਤੇ ਵੀ, ਤੁਸੀਂ ਮੈਨੂੰ ਵੀ ਕਿਹਾ ਸੀ ਪਰ ਮੈਂ ਕੋਈ ਗੁੱਸਾ ਨਹੀਂ ਕੀਤਾ, ਕਿਉਂਕਿ ਅਸੀਂ ਹੁਣ ਤੁਸੀਂ ਡਾਕਟਰ ਕੇਰ ਸਿੰਘ ਉਹਨਾਂ ਨੂੰ ਕਿਹਾ, ਡਾਕਟਰ ਕੇਰ ਸਿੰਘ ਸਾਰੀ ਉਮਰ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਰਹੇ ਨੇ, ਉਹਨਾਂ ਨੇ ਕੰਸਟੀਟਿਊਸ਼ਨ ਦਾ ਹਵਾਲਾ ਦਿੱਤਾ, 167 ਦਾ ਹਵਾਲਾ ਦਿੱਤਾ ਤੇ ਉਹਦੇ ਚ ਸਪਸ਼ਟ ਲਿਖਿਆ ਹੋਇਆ, ਤੇ ਤੁਸੀਂ ਕਹਿੰਦੇ ਹੋ ਜੀ ਉਹ ਇੱਦਾਂ ਦੀ ਇੱਕ ਪਰਸੈਪਸ਼ਨ ਬਣਾਈ ਹੋਈ ਹੈ। ਖੈਰ, ਹੁਣ ਆਪਣੇ ਕੋਲ ਟਾਈਮ ਘੱਟ ਹੈ, ਆਪਾਂ ਕਰ ਲਾਂਗੇ ਇਹਦੇ ਵੀ ਗੱਲ ਕਰ ਲਾਂਗੇ। ਹਰਜੀਤ ਸਿੰਘ ਜੀ, ਦੇਖੋ ਵਾਲੀਆ ਸਾਹਿਬ, ਦੋ ਚੀਜ਼ਾਂ ਨੇ। ਇਹ ਤਾਂ ਬੜਾ ਕਲੀਅਰ ਹੈ ਕਿ ਜਿਵੇਂ ਕਾਂਗਰਸ ਪਹਿਲੇ ਸਾਰੀ ਪਾਵਰਾਂ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਸੀ ਤੇ ਓਪੋਜੀਸ਼ਨ ਰੂਲ ਸਟੇਟ ਨੂੰ ਹਮੇਸ਼ਾ ਇੱਕ ਮਤਰੇਈ ਮਾਂ ਵਾਲਾ ਵਿਵਹਾਰ ਕਰਦੀ ਸੀ, ਉਹੀ ਸਾਰੀ ਸੋਚ ਹੁਣ ਅੱਜ ਦੀ ਡੇਟ ਵਿੱਚ ਬੀਜੇਪੀ ਵਿੱਚ ਹੈ। ਜਿਵੇਂ ਮੇਰੇ ਕਾਬਲ ਮਿੱਤਰ ਸ਼ਰਮਾ ਜੀ ਐਡਵੋਕੇਟ ਨੇ ਕਿਹਾ ਬਈ ਕੀ ਲੋੜ ਜੀ ਚਿੱਠੀਆਂ ਲਿਖਣ, ਕੀ ਲੋੜ, ਇਹਨਾਂ ਦੀ ਇਹ ਸੋਚ ਹੀ ਜਿਹੜੀ ਹੈ ਉਹ ਸੈਂਟਰਲਾਈਜੇਸ਼ਨ ਨੂੰ ਦਿਖਾਉਂਦੀ ਹੈ, ਪ੍ਰਗਟ ਕਰਦੀ ਹੈ ਬਈ ਪ੍ਰੋਟੋਕੋਲ ਜਿਹੜਾ ਇੱਕ ਪ੍ਰੋਸੀਜਰ ਹੈ ਉਹਨੂੰ ਕੀ ਲੋੜ ਹੈ, ਉਹਨੂੰ ਛੱਡ ਦਿਓ, ਜੋ ਅਸੀਂ ਚਾਹਾਂਗੇ ਉਹੀ ਹੋਏਗਾ, ਜੋ ਗਵਰਨਰ ਸਾਹਿਬ ਕਹਿਣਗੇ ਉਹੀ ਹੋਏਗਾ। ਇਹ ਸੋਚ ਹੀ ਮੇਰੇ ਕਾਬਲ ਦੋਸਤ ਦੀ ਬੀਜੇਪੀ ਦੀ ਵਿਚਾਰਧਾਰਾ ਨੂੰ ਦੱਸਦੀ ਹੈ ਵੀ ਸਟੇਟਾਂ ਦੇ ਹੱਕ ਤੇ ਡਾਕਾ ਕਿਵੇਂ ਮਾਰਨਾ। ਇਹਦੇ ਚ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਠੁਕਵਾਂ ਜਵਾਬ ਦੇਣਾ ਚਾਹੀਦਾ ਸੀ, ਕਿਉਂਕਿ ਫਸਟ ਸਟੈਪ ਹੈਵ ਆਲਰੇਡੀ ਬੀਨ ਟੇਕਨ ਬਾਏ ਦਾ ਗਵਰਨਰ, ਜਿਹੜੀ ਮੀਟਿੰਗ ਬੁਲਾ ਕੇ।
ਪਰ ਅਫਸੋਸ ਦੀ ਗੱਲ ਹੈ ਕਿ ਮਾਨਯੋਗ ਗਵਰਨਰ ਸਾਹਿਬ ਨੇ ਵੀ, ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਇਹਦੇ ਤੇ ਇੱਕ ਡਿਪਲੋਮੈਟਿਕ ਜੀ ਚੁੱਪੀ ਸਾਧ ਲਈ ਹੈ। ਦੇਖੋ ਇਹ ਸਰਕਾਰ ਜਿਹੜੀ ਕੇਂਦਰ ਦੀ ਹੈ ਹੌਲੀ ਹੌਲੀ ਸਟੇਟਾਂ ਦੇ ਹੱਕਾਂ ਨੂੰ ਡਾਕਾ ਮਾਰ ਰਹੀ ਹੈ, ਖਾ ਰਹੀ ਹੈ। ਮੈਂ ਇੱਕ ਵਾਲੀਆ ਸਾਹਿਬ ਛੋਟਾ ਜਿਹਾ ਉਦਾਹਰਨ ਦੇਣਾ, ਫਾਈਨਾਂਸ ਵਿੱਤ ਕਮਿਸ਼ਨ ਦੇ ਵਿੱਚ ਸਟੇਟਾਂ ਦਾ ਹਿੱਸਾ 41-42% ਹੁੰਦਾ। ਜੇ ਮੈਂ ਉਹਦੀ ਤਹਿ ਤੱਕ ਪੜਤਾਲ ਕਰਾਂ ਤੇ ਜਿਹੜੀ ਸੈੱਸ ਲੱਗਦੀ ਹੈ ਉਹਦੇ ਤੇ ਸਟੇਟਾਂ ਦਾ ਕੋਈ ਹੱਕ ਨਹੀਂ ਹੁੰਦਾ। ਇਸ ਸਰਕਾਰ ਨੇ ਸੈੱਸ ਲਾ ਕੇ ਉਹ 41% ਤੋਂ ਸਾਡਾ ਹਿੱਸਾ ਜਿਹੜਾ 28-29% ਕਰ ਲਿਆ। ਸੋ ਕਈ ਐਸੇ ਕਾਨੂੰਨ ਨੇ, ਰਾਈਟ ਆਫ ਇਨਫੋਰਮੇਸ਼ਨ ਐਕਟ ਹੈਗਾ, ਕਈ ਕਾਨੂੰਨ ਨੇ ਜਿਹੜੇ ਪਿੱਛੇ ਬਰੂਟ ਮੈਜੋਰਟੀ ਦੇ ਨਾਲ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਟੇਟਾਂ ਦੇ ਹੱਕਾਂ ਨੂੰ ਬਹੁਤ ਜ਼ਿਆਦਾ ਡਿਲੂਟ ਕੀਤਾ। ਜੇ ਕਿਸੇ ਦਿਨ ਉਹ 'ਤੇ ਡਿਬੇਟ ਹੋਏਗੀ ਮੈਂ ਤੁਹਾਨੂੰ 10-15 ਕਾਨੂੰਨ ਦੱਸ ਸਕਣਾ ਜਿਹੜਾ ਇਹਨਾਂ ਨੇ ਬਰੂਟਲੀ ਆਪਣੀ ਮੈਜੋਰਟੀ ਯੂਜ਼ ਕਰਕੇ ਸਟੇਟਾਂ ਦੇ ਹੱਕਾਂ 'ਤੇ ਜਿਹੜਾ ਉਹ ਡਾਕਾ ਮਾਰਿਆ। ਜਿੱਥੇ ਤੱਕ ਸ਼ਰਮਾ ਜੀ ਕਹਿ ਰਹੇ ਸਨ ਹੋਰਸ ਟ੍ਰੇਡਿੰਗ ਦੀ, ਇਹਦੇ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵਿੱਚ ਰੱਤੀ ਭਰ ਵੀ ਫਰਕ ਕੋਈ ਨਹੀਂ। ਇਹਨਾਂ 'ਤੇ ਇੱਕ MLA ਤੋੜਿਆ, ਇਹਨਾਂ 'ਤੇ ਰਾਤੋਂ ਰਾਤ ਸਟੇਟਾਂ ਦੀ ਸਰਕਾਰਾਂ ਹੀ ਪਲਟੀਆਂ ਮਾਰਤੀਆਂ। ਸੋ ਇਹਨਾਂ ਦੇ ਵਿੱਚ ਅਤੇ ਕਾਂਗਰਸ ਦੇ ਵਿੱਚ ਅਤੇ ਆਪ ਦੇ ਵਿੱਚ ਇਹ ਕੁਝ ਜ਼ਿਆਦਾ ਫਰਕ ਨਹੀਂ ਹੈਗਾ, ਜਿੱਥੇ ਤੱਕ ਹੋਰਸ ਟ੍ਰੇਡਿੰਗ ਦੀ ਅਤੇ ਦੂਜੇ MLA ਤੋੜਨ ਭੰਨਣ ਦੀ ਗੱਲ। ਮੈਂ ਇਹ ਗੱਲ ਕਹਿ ਰਿਹਾ ਸੀ, ਆਮ ਸੌਰੀ ਕਿ ਨਾਰੰਗ ਸਾਹਿਬ ਇਸ ਗੱਲ ਨੂੰ ਮਤਲਬ ਦਿਲ ਨੂੰ ਲਾ ਗਏ, ਇੱਦਾਂ ਦੀ ਪਰਸੈਪਸ਼ਨ ਵਾਲੀ ਕੋਈ ਗੱਲ ਨਹੀਂ ਹੈ। ਦੇਖੋ ਵੈਰੀ ਸਿੰਪਲ, ਇਫ ਇਟ ਹੈਡ ਬੀਨ ਏ ਨੋਰਮਲ ਬਿਹੇਵੀਅਰ ਬਾਈ ਡਿਬੇਟ, ਇਹ ਨੋਰਮਲ ਨਹੀਂ ਹੈ। ਉਦੋਂ ਬਾਅਦ ਦੇ ਵਿੱਚ ਡਿਬੇਟ 'ਚ ਆਪਾਂ ਤਾਂ ਬੈਠੇ ਹਾਂ ਵੀ ਇਸ ਨੂੰ ਕੀ ਇਹਦੇ ਪ੍ਰੋਜ ਨੇ ਕੌਨਸ ਨੇ, ਕਿੱਥੇ ਤੱਕ ਗੱਲ ਜਾਣੀ ਹੈ। ਜੇ ਆਪਾਂ ਆਊਟਰਾਈਟਲੀ ਕਹੀਏ ਵੀ ਇਹ ਤਾਂ ਜੀ ਹੁੰਦਾ, ਇਹ ਪਹਿਲੀ ਵਾਰ ਹੋਇਆ, ਬੜੇ ਲੰਬੇ ਸਮੇਂ ਬਾਅਦ ਹੋਇਆ, ਸਾਡੇ ਜਿਹੜੀ ਸੋਝੀ ਦੇ ਵਿੱਚ ਇਹ ਨਹੀਂ ਹੋਇਆ। ਮੈਂ ਜੇ ਮਤਲਬ ਕੰਕਲੂਡ ਕਰਾਂ ਲੋਕਾਂ ਦੀ ਆਵਾਜ਼ ਦੇ ਵਿੱਚ, ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਵੀ ਕਮੈਂਟ ਕਰਨਾ ਚਾਹੀਦਾ, ਪੋਜ਼ਿਟਿਵ ਕਰਨ, ਉਹ ਕਹਿਣ ਵੀ ਹਾਂ ਵੀ ਮਤਲਬ ਇਹਨਾਂ ਦਾ ਰਾਈਟ ਸੀਗਾ, ਜਿਸ ਤਰ੍ਹਾਂ ਨਾਰੰਗ ਸਾਹਿਬ ਨੇ ਕਿਹਾ ਔਰ ਕੰਸਟੀਟਿਊਸ਼ਨ ਦੀ ਗੱਲ ਡਾਕਟਰ ਕੇਹਰ ਸਿੰਘ ਨੇ ਕੀਤੀ ਹੈ ਵੀ ਕਿਸੇ ਹੱਦ ਤੱਕ ਉਹਨਾਂ ਨੂੰ ਮਤਲਬ ਇਹ ਅਧਿਕਾਰ ਨੇ, ਮੰਤਰੀ ਤੋਂ ਮੰਤਰੀ ਅਨਸਰੇਬਲ ਹੈ ਉਸ ਚੀਜ਼ ਵਾਸਤੇ, ਤੇ ਪਰ ਜਿਹੜੀ ਲੋਕ ਸਮਝਦੇ ਨੇ ਉਹ ਇਹ ਸਮਝਦੇ ਨੇ ਬਈ ਗਵਰਨਰ ਸਾਹਿਬ ਨੇ ਬਾਂਹ ਨਹੀਂ ਮਰੋੜੀ, ਕੇਂਦਰ ਸਰਕਾਰ ਵਾਸਤੇ ਛੋਟੀ ਜਿਹੀ ਚੂੰਡੀ ਵੱਢੀ ਹੈ, ਇਸ਼ਾਰਾ ਕੀਤਾ ਕਿ ਇਹ ਗੱਲ ਅੱਗੇ ਵੱਧ ਸਕਦੀ ਹੈ। ਸੋ ਇਸ ਗੱਲ ਨੂੰ ਮਤਲਬ ਜਿਹੜਾ ਹੈ ਕਿਸੇ ਨਾ ਕਿਸੇ ਤੱਕ ਕਰਨਾ ਚਾਹੀਦਾ। ਮਹੇਸ਼ ਸ਼ਰਮਾ ਜੀ, ਇਸ਼ਾਰਾ ਤਾਂ ਜਦੋਂ ਉਹਨਾਂ ਨੇ ਸੌਂ ਚੁੱਕੀ ਸੀ ਉਸ ਵੇਲੇ ਹੀ ਕਰ ਗਏ ਸੀ ਕਿ ਮੈਂ ਰਾਜ ਭਵਨ 'ਚ ਬੈਠਣ ਵਾਲਾ ਬੰਦਾ ਨਹੀਂ ਤੇ ਮੈਂ ਜਾਇਆ ਕਰੂੰਗਾ, ਜ਼ਿਲ੍ਹਿਆਂ ਦਾ ਮੈਂ ਦੌਰਾ ਕਰੂੰਗਾ, ਇਹ ਉਹਨਾਂ ਨੇ ਪਹਿਲਾਂ ਹੀ ਗੱਲ ਜਿਹੜੀ ਕਰਤੀ ਸੀ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿੱਥੇ ਚੁਣੀ ਹੋਈ ਸਰਕਾਰ ਹੈ ਤੇ ਚੁਣੀ ਹੋਈ ਸਰਕਾਰ ਦੇ ਇਲੈਕਟਡ ਗਵਰਨਮੈਂਟ ਦੇ ਆਪਣੇ ਅਧਿਕਾਰ ਨੇ, ਉਹਦੇ ਵਿੱਚ ਕੇਂਦਰ ਜੇ ਇਸ ਤਰ੍ਹਾਂ ਦਖਲ ਦੇਊਗਾ ਤੇ ਜੇ ਦਖਲ ਦੀ ਸ਼ੁਰੂਆਤ ਹੈ, ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਨੇ ਜਵਾਬ ਦਿੱਤਾ ਜਾਂ ਨਹੀਂ ਦਿੱਤਾ, ਜਾਂ ਮੁੱਖ ਮੰਤਰੀ ਨਿਗਾਹ ਹੀ ਰੱਖ ਰਿਹਾ ਹੈ। ਪਿਛਲੀ ਵਾਰ ਦਾ ਹਲੇ ਜਿਹੜਾ ਹੈ ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਕੇ ਪੀ ਰਿਹਾ, ਉਹ ਬਹੁਤ ਸਾਰੀਆਂ ਗੱਲਾਂ ਨੇ। ਲੇਕਿਨ ਓਵਰਆਲ ਜਦੋਂ ਅਸੀਂ ਸੰਵਿਧਾਨਿਕ ਤੌਰ ਤੇ ਦੇਖਦੇ ਹਾਂ, ਇੱਕ ਦਾਇਰਾ ਮਿਥਿਆ ਹੋਇਆ, ਉਸ ਦਾਇਰੇ ਚ ਰਹਿ ਕੇ ਜੇ ਕੰਮ ਹੋਵੇ ਤਾਂ ਸਹੀ ਹੁੰਦਾ ਤੇ ਨਹੀਂ ਤਾਂ ਫਿਰ ਇਹ ਦਖਲਅੰਦਾਜ਼ੀ ਠੀਕ ਨਹੀਂ। ਹਾਂ, ਜੇ ਉਹ ਸੱਚਮੁੱਚ ਹੀ ਸਟੇਟ ਲਈ ਕੁਛ ਕਰਨਾ ਚਾਹੁੰਦੇ ਨੇ, ਸਟੇਟ ਲਈ ਬੜਾ ਕੁਛ ਕਰਨ ਵਾਲਾ ਪਿਆ ਜਿਹੜਾ ਕੇਂਦਰ ਤੋਂ ਲੈ ਕੇ ਆਉਣਾ, ਚਾਹੇ ਫੰਡ ਰੁਕੇ ਪਏ ਨੇ ਉਹ ਵੀ ਮੰਗਾ ਸਕਦੇ ਨੇ,
ਸਟੇਟ ਦਾ ਮੈਂ ਜਿਵੇਂ ਕਿਹਾ ਸਟੋਰੇਜ ਦੀ ਬੜੀ ਪ੍ਰੋਬਲਮ ਹੋਈ ਪਈ ਹੈ, ਉਹਦੇ ਚ ਦਖਲ ਦੇ ਕੇ ਕੰਮ ਕਰ ਸਕਦੇ ਨੇ? ਕਰਦੇ ਨੇ ਕੰਮ, ਕੌਣ ਕਹਿੰਦਾ ਨਹੀਂ ਕੰਮ ਕਰਦੇ? ਅਸੀਂ ਉਹਨਾਂ ਤੇ ਡਿਬੇਟ ਕਰਕੇ ਬੱਲੇ ਬੱਲੇ ਕਹਾਂਗੇ ਵੀ ਕਮਾਲ ਹੈ, ਇਹੋ ਜਿਹਾ ਗਵਰਨਰ ਕਦੇ ਨੀ ਆਇਆ। ਖੈਰ ਅੱਜ ਇੰਨਾ ਹੀ। ਡਾਕਟਰ ਕੇਹਰ ਸਿੰਘ ਜੀ, ਜਸਵਿੰਦਰ ਸਿੰਘ ਸਿੱਖਾਵਾਲਾ ਸਾਹਿਬ, ਰਾਕੇਸ਼ ਨਾਰੰਗ ਸਾਹਿਬ, ਸਰਦਾਰ ਹਰਜੀਤ ਸਿੰਘ ਜੀ, ਮਹੇਸ਼ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਮੇਰੇ ਦਰਸ਼ਕੋ ਤੁਹਾਡਾ ਵੀ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ, ਰਜਿੰਦਰ ਵਾਲੀਆ ਸ਼ੋਅ ਚ ਕਰਦੇ ਹਾਂ ਮੁਲਾਕਾਤ। ਬਹੁਤ ਬਹੁਤ ਸ਼ੁਕਰੀਆ। ਚਰਚਾ।